ਅਕਾਲ ਜੀ ਇਮੀਗ੍ਰੇਸ਼ਨ ਅਪਡੇਟਸ ਦੇ ਇਸ ਖਾਸ ਪੇਸ਼ਕਸ਼ ਦੇ ਵਿੱਚ ਮੈਂ ਦਿਵਿਆ ਅਨੇਜਾ ਤੁਹਾਡਾ ਤਹਿ ਦਿਲੋਂ ਸਵਾਗਤ ਕਰਦੀ ਹਾਂ ਅਤੇ ਇਹ ਸ਼ੋਅ ਉਹਨਾਂ ਤਮਾਮ ਸਟੂਡੈਂਟਸ ਦੇ ਲਈ ਹੈ ਉਹਨਾਂ ਤਮਾਮ ਲੋਕਾਂ ਦੇ ਲਈ ਹੈ ਅੱਜ ਕੱਲ੍ਹ ਦੀ ਯੂਥ ਦੇ ਲਈ ਹੈ ਜਿਹੜੇ ਲੋਕ ਬਾਹਰ ਜਾਣਾ ਚਾਹੁੰਦੇ ਨੇ ਕਈ ਜਗ੍ਹਾ ਉਹ ਕੰਸਲਟੈਂਟਸ ਕੋਲ ਜਾ ਚੁੱਕੇ ਨੇ ਕਈ ਵਾਰ ਫਾਈਲ ਲਵਾ ਚੁੱਕੇ ਨੇ ਬਟ ਫਿਰ ਵੀ ਸਮਝ ਨਹੀਂ ਆ ਰਿਹਾ ਹਾਲੇ ਵੀ ਕਨਫਿਊਜ਼ ਸਟੇਟ ਵਿੱਚ ਹੈਗੇ ਆ ਬਾਹਰ ਜਾ ਸਕਦੇ ਹਾਂ ਜਾਂ ਨਹੀਂ ਜਾ ਸਕਦੇ ਸੋ ਤੁਹਾਡੇ ਤਮਾਮ ਸਵਾਲਾਂ ਦੇ ਜਵਾਬ ਦੇਣ ਦੇ ਲਈ ਅੱਜ ਆਪਾਂ ਇਸ ਸ਼ੋਅ ਦੇ ਰਾਹੀਂ ਤੁਹਾਡੀ ਮਦਦ ਕਰਾਂਗੇ ਸਾਡੇ ਨਾਲ ਐਕਸਪਰਟ ਜੁੜੇ ਹੋਏ ਨੇ ਜਤਿੰਦਰ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਜਤਿੰਦਰ ਜੀ ਤੁਹਾਡਾ ਥੈਂਕ ਯੂ ਮੈਮ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਪੁੱਛਣਾ ਚਾਹੁੰਦੀ ਹਾਂ ਕਿਉਂਕਿ ਕੈਨੇਡਾ ਤੋਂ ਬਾਅਦ ਇੱਕ ਜਿਹੜੀ ਇੱਦਾਂ ਦੀ ਕੰਟਰੀ ਆਉਂਦੀ UK ਜਿਹੜਾ ਕਿ ਅੱਜ ਕੱਲ੍ਹ ਦੀ ਯੂਥ ਦਾ ਡ੍ਰੀਮ ਹੈਗਾ ਜੇ ਉੱਥੇ ਜਾ ਕੇ ਆਪਾਂ ਸੈਟਲ ਹੋ ਪਾਈਏ ਤਾਂ ਕੈਨੇਡਾ ਤੋਂ ਵੀ ਕਹੀ ਗੁਣਾ ਅੱਛੀ ਗੱਲ ਹੈਗੀ ਹੈ ਬਟ ਲੋਕਾਂ ਦੇ ਦਿਮਾਗ ਦੇ ਵਿੱਚ ਇੱਕ ਮਿਥ ਹੈਗਾ ਕਿ ਕਾਫੀ ਔਖੀ ਰਾਹ ਹੈਗੀ ਆ ਮੈਮ ਕਾਫੀ ਜਿਹੜੇ ਸਟੂਡੈਂਟਸ ਨੇ ਆਪਣੇ ਜਿਹੜੇ ਚਾਹੁੰਦੇ ਨੇ ਕਿ ਅਸੀਂ ਬਾਹਰ ਜਾ ਕੇ ਸਟੱਡੀ ਕਰਨਾ ਚਾਹੁੰਦੇ ਹਾਂ ਪਰ ਕਿਤੇ ਨਾ ਕਿਤੇ ਲੀਜੀਬਿਲਟੀ ਕ੍ਰਾਈਟੀਰੀਆ ਜਦੋਂ ਕੰਪਲੀਟ ਨਹੀਂ ਹੁੰਦਾ ਜੇ ਆਪਾਂ ਕੈਨੇਡਾ ਦੀ ਅੱਜ ਗੱਲ ਕਰਦੇ ਹਾਂ ਬਹੁਤ ਵਧੀਆ ਕੰਟਰੀ ਹੈ ਕੈਨੇਡਾ ਹਰ ਇੱਕ ਸਟੂਡੈਂਟ ਦੀ ਇੱਛਾ ਹੁੰਦੀ ਹੈ ਇੱਕ ਫਸਟ ਡ੍ਰੀਮ ਜਿਹੜਾ ਬੱਚੇ ਦਾ ਜੇ ਸਟੱਡੀ ਅਬਰੋਡ ਨੂੰ ਲੈ ਕੇ ਹੁੰਦਾ ਤਾਂ ਹਰੇਕ ਬੱਚੇ ਦੇ ਇੱਕ ਹੁੰਦਾ ਕਿ ਮੈਂ ਕੈਨੇਡਾ ਜਾ ਕੇ ਸਟੱਡੀ ਕਰਾਂ ਜਾਂ ਮੈਂ US ਜਾ ਕੇ ਸਟੱਡੀ ਕਰਾਂ ਸੋ ਕਈ ਵਾਰੀ ਕੀ ਹੁੰਦਾ ਕਿ ਬੱਚੇ ਦੀ ਐਲੀਜੀਬਿਲਟੀ ਨਹੀਂ ਬਣਦੀ ਫੋਰ ਐਗਜ਼ਾਮਪਲ ਆਪਾਂ ਨੂੰ ਕੈਨੇਡਾ ਦੇ ਲਈ ਬੱਚਾ ਜੇ +2 ਪਾਸ ਆਊਟ ਹੈ ਜਾਂ ਬੱਚੇ ਨੇ ਗ੍ਰੈਜੂਏਸ਼ਨ ਕੀਤੀ ਹੈ 6 ਜਾਂ 6.5 ਬੈਂਡ ਓਵਰਆਲ ਬੱਚੇ ਦੇ ਚਾਹੀਦੇ ਹੈ ਔਰ ਈਚ ਮੋਡਿਊਲ ਵੀ ਬੱਚੇ ਨੂੰ ਕਿਤੇ ਨਾ ਕਿਤੇ ਜੇ 6 ਬੈਂਡ ਨੇ ਜਾਂ 1 ਜਾਂ 2 ਚੋਂ 5.5 ਬੈਂਡ ਨੇ ਸਿਰਫ ਉਹਨਾਂ ਬੱਚਿਆਂ ਲਈ ਕੈਨੇਡਾ ਇੱਕ ਮੇਨ ਡੈਸਟੀਨੇਸ਼ਨ ਬਣ ਜਾਂਦਾ ਹੈ ਸੋ ਕਈ ਵਾਰੀ ਜਿਨ੍ਹਾਂ ਬੱਚਿਆਂ ਦੇ 5.5 ਬੈਂਡ ਨੇ ਜਾਂ ਜਿਹੜੇ ਬੱਚੇ ਆਇਲਸ ਨਹੀਂ ਕਰ ਪਾਏ ਜਾਂ ਜਿਨ੍ਹਾਂ ਦੀ ਪਰਸੈਂਟੇਜ ਲੋ ਹੁੰਦੀ ਹੈ ਜਾਂ ਜਿਨ੍ਹਾਂ ਤੱਕ ਸਟੱਡੀ ਦੇ ਵਿੱਚ ਗੈਪ ਆ ਜਾਂਦਾ ਹੈ ਜਿਵੇਂ ਕਿਸੇ ਨੇ 2015 'ਚ +2 ਕਰ ਲਈ ਉਸ ਤੋਂ ਬਾਅਦ ਬੱਚਾ ਕੋਈ ਛੋਟਾ ਮੋਟਾ ਕੰਮ ਕਰਨ ਲੱਗ ਗਿਆ ਕੋਈ ਛੋਟੀ ਮੋਟੀ ਜੋਬ ਕਰਨ ਲੱਗ ਗਿਆ ਬੱਚਾ ਕੋਈ ਕੰਪਿਊਟਰ ਡਿਪਲੋਮਾ ਕਰ ਲਿਆ ਘਰ ਦੇ ਕੋਈ ਬਿਜ਼ਨਸ ਦੇ ਵਿੱਚ ਹੱਥ ਵਡਾਉਣ ਲੱਗ ਗਿਆ ਆਪਣੇ ਮਾਂ ਬਾਪ ਦੇ ਨਾਲ ਸੋ ਉਹਨਾਂ ਬੱਚਿਆਂ ਨੂੰ ਕਿਤੇ ਨਾ ਕਿਤੇ ਕਨਫਿਊਜ਼ਨ ਹੁੰਦੀ ਹੈ ਕਿ ਸਾਡਾ 2-4 ਸਾਲ ਦਾ ਸਟੱਡੀ ਗੈਪ ਹੋ ਗਿਆ ਜੇ ਅਸੀਂ ਆਇਲਸ ਕਰ ਰਹੇ ਹਾਂ ਸਾਡਾ ਸਕੋਰ ਨਹੀਂ ਆ ਰਿਹਾ ਸਾਡੀ ਪਰਸੈਂਟੇਜ ਠੀਕ ਹੈ ਨਹੀਂ ਘੱਟ ਹੈਗੀ ਜਾਂ ਕਈ ਇੱਦਾਂ ਦੇ ਬੱਚੇ ਵੀ ਹੈਗੇ ਜਿਨ੍ਹਾਂ ਦੀ ਪਰਸੈਂਟੇਜ ਵੀ ਘੱਟ ਹੈ ਪਰ ਉਹ ਚਾਹੁੰਦੇ ਨੇ ਕਿ ਸਾਡੀ ਜਿਹੜੀ ਡ੍ਰੀਮ ਡੈਸਟੀਨੇਸ਼ਨ ਉਹ ਕੈਨੇਡਾ ਹੋਏ ਜੇ ਕੈਨੇਡਾ ਤੋਂ ਬਾਅਦ ਆਪਾਂ ਸੋਚੀਏ ਤਾਂ ਬੱਚੇ ਆਸਟ੍ਰੇਲੀਆ ਵੱਲ UK ਵੱਲ ਨਿਊਜ਼ੀਲੈਂਡ ਵੱਲ ਹੋਰ ਕੰਟਰੀ ਵੱਲ ਬਾਅਦ 'ਚ ਜਾਂਦੇ ਨੇ ਪਹਿਲਾਂ ਲੋਕ ਕੈਨੇਡਾ ਸੋਚਦੇ ਨੇ ਸੋ ਅੱਜ ਆਪਾਂ ਜਿਹੜੀ ਖਾਸ ਗੱਲਬਾਤ ਕਰਾਂਗੇ UK ਨੂੰ ਲੈ ਕੇ ਕਰਾਂਗੇ ਕਿ UK ਦੇ ਵਿੱਚ ਕਿਸ ਤਰੀਕੇ ਦੇ ਬੱਚੇ ਜਾ ਸਕਦੇ ਨੇ ਕਿੰਨੀ ਪੜ੍ਹਾਈ ਲਿਖਾਈ ਵਾਲੇ ਬੱਚੇ ਜਾ ਸਕਦੇ ਨੇ ਗੈਪ ਐਕਸੈਪਟੇਬਲ ਹੈ ਜਾਂ ਨਹੀਂ ਹੈ ਸਪਾਊਸ ਨੂੰ ਤੁਸੀਂ ਨਾਲ ਲੈ ਕੇ ਜਾ ਸਕਦੇ ਹੋ ਫੀਸ ਦਾ ਜਿਹੜਾ ਰੇਟ ਹੈ ਉਹ ਕਿੰਨਾ ਕੁ ਫਰਕ ਹੈ ਕਿੰਨੇ ਕੁ ਘੱਟ ਪੈਸਿਆਂ 'ਚ ਜਾਂ ਵੱਧ ਪੈਸਿਆਂ 'ਚ ਤੁਸੀਂ UK ਜਾ ਸਕਦੇ ਹੋ ਜੇ ਆਪਾਂ ਕੰਪੈਰੀਜ਼ਨ ਕਰੀਏ ਤਾਂ ਕੰਮਕਾਰ ਨੂੰ ਲੈ ਕੇ ਬਹੁਤ ਵਧੀਆ ਆਪਸ਼ਨ ਨੇ UK ਦੇ ਵਿੱਚ ਪਹਿਲਾਂ UK ਦੇ ਵਿੱਚ ਇੱਕ ਮਿਥ ਸੀਗੀ ਕਿਤੇ ਨਾ ਕਿਤੇ ਬੱਚਿਆਂ ਦੇ ਮਨ 'ਚ ਡਾਊਟ ਹੁੰਦਾ ਸੀ UK ਦੀ PR ਨੂੰ ਲੈ ਕੇ ਕਿ ਅਸੀਂ UK ਸਟੱਡੀ ਕਰਨ ਲਈ ਜਾਵਾਂਗੇ ਸਾਡੀ 2 ਜਾਂ 3 ਸਾਲ ਦੀ ਸਟੱਡੀ ਹੋਊਗੀ ਸਟੱਡੀ ਤੋਂ ਬਾਅਦ ਅਸੀਂ PSW ਵੀ ਲਵਾਂਗੇ ਉਸ ਤੋਂ ਬਾਅਦ ਬੱਚੇ ਨੂੰ ਹੁੰਦਾ ਸੀ ਕਿ ਮੈਨੂੰ 4 ਜਾਂ 5 ਸਾਲ ਉੱਥੇ ਲਗਾਉਣ ਤੋਂ ਬਾਅਦ ਮੈਨੂੰ ਜਾਂ ਤਾਂ ਇਲੀਗਲ ਹੋਣਾ ਪੈਣਾ ਉੱਥੇ ਜਾਂ ਮੈਨੂੰ ਉੱਥੋਂ ਵਾਪਸ ਆਉਣਾ ਪੈਣਾ ਬੱਚੇ ਕੋਲ ਰਸਤੇ ਬਹੁਤ ਘੱਟ ਬਣਦੇ ਸੀ ਪਰ ਇੱਥੇ ਖੁਸ਼ਖਬਰੀ ਹੈ ਕਿ ਬੱਚੇ ਜਿਹੜੇ ਹੁਣ ਜਾ ਰਹੇ ਨੇ ਜਾਂ ਜਿਸ ਤੋਂ ਪਹਿਲਾਂ ਵੀ ਜਿਹੜੇ ਬੱਚੇ ਗਏ ਸੀ ਦਸੰਬਰ 2020 ਆਨਵਰਡਸ ਤੋਂ UK ਦੇ ਜਿਹੜੇ ਰੂਲਸ ਨੇ ਉਹ PR ਨੂੰ ਲੈ ਕੇ ਚੇਂਜ ਹੋ ਚੁੱਕੇ ਨੇ ਪੁਆਇੰਟ ਬੇਸ ਸਿਸਟਮ ਜਿਹੜਾ UK ਦੇ ਵਿੱਚ ਆ ਚੁੱਕਿਆ ਜਿਵੇਂ ਕਿ ਬੱਚੇ ਆਸਟ੍ਰੇਲੀਆ PR ਹੁੰਦੇ ਸੀ ਕਿ ਬੱਚੇ ਨੇ ਪੁਆਇੰਟਸ ਇਕੱਠੇ ਕਰਨੇ ਸੀਗੇ ਇੰਨੇ ਪੁਆਇੰਟਸ ਤੋਂ ਬਾਅਦ ਤੁਸੀਂ ਆਸਟ੍ਰੇਲੀਆ ਦੇ ਵਿੱਚ PR ਹੋ ਸਕਦੇ ਹੋ PR ਤੋਂ ਬਾਅਦ ਬੱਚਾ ਸਿਟੀਜ਼ਨਸ਼ਿਪ ਲੈ ਸਕਦਾ ਸੀ ਸੋ ਐਜ਼ ਸੇਮ ਐਜ਼ ਆਸਟ੍ਰੇਲੀਆ UK ਦੇ ਵਿੱਚ ਹੁਣ ਆਪਸ਼ਨ ਸਟਾਰਟ ਹੋ ਚੁੱਕੇ ਆ ਦਸੰਬਰ 2020 ਤੋਂ ਤੁਸੀਂ ਜਿਹੜੇ ਬੱਚੇ ਜਾਓਗੇ ਉੱਥੇ ਜੇਕਰ ਤੁਹਾਡੇ ਪੁਆਇੰਟਸ ਪ੍ਰੋਪਰ ਬਣਨਗੇ ਤੁਸੀਂ 2 ਜਾਂ 3 ਜਿਹੜੀ ਤੁਹਾਡੀ ਬੈਚਲਰ ਡਿਗਰੀ ਦੀ ਮੈਂ ਗੱਲ ਕਰਾਂ ਬੱਚਾ 3 ਸਾਲ ਦੀ ਸਟੱਡੀ ਕਰੂਗਾ 2 ਸਾਲ ਦਾ ਵਰਕ ਪਰਮਿਟ ਮਿਲੂਗਾ ਬੱਚੇ ਨੂੰ ਮਾਸਟਰ ਬੱਚਾ ਕਰੂਗਾ 1-2 ਸਾਲ ਦੀ ਉਸ ਤੋਂ ਬਾਅਦ ਬੱਚੇ ਨੂੰ 2 ਸਾਲ ਦਾ PSW ਮਿਲੂਗਾ ਉਸ ਤੋਂ ਬਾਅਦ ਬੱਚਾ ਆਪਣੀ PR UK ਦੇ ਵਿੱਚ ਹੁਣ ਈਜ਼ੀਲੀ ਅਪਲਾਈ ਕਰ ਸਕਦਾ ਹੈ ਜਤਿੰਦਰ ਜੀ ਜਿੱਦਾਂ ਕਿ ਤੁਸੀਂ ਪੁਆਇੰਟਸ ਦੀ ਨੰਬਰਸ ਦੀ ਗੱਲ ਕੀਤੀ ਹੈਗੀ ਹੈ ਜੇ ਕੋਈ ਬੱਚੇ ਨੇ ਆਪਣੇ ਨੰਬਰਸ ਮਤਲਬ ਠੀਕ ਕਰਨੇ ਹੋਣ ਸਪੈਸ਼ਲੀ ਜਿਹੜੇ ਲੋਕ ਆਈ ਥਿੰਕ 12th ਕ੍ਰੋਸ ਕਰਨ ਲੱਗੇ ਨੇ ਉਹਨਾਂ ਦੀ ਮੈਂ ਗੱਲ ਕਰਨਾ ਚਾਹੁੰਦੀ ਹਾਂ ਅਤੇ ਉਹ ਕਿੱਦਾਂ ਆਪਣੇ ਨੰਬਰ ਪੋਜ਼ਿਟਿਵ ਕਰ ਸਕਦੇ ਨੇ ਹੋਰ ਕਿਹੜੀ ਕਿਹੜੀ ਚੀਜ਼ 'ਚ ਉਹਨਾਂ ਨੂੰ ਨੰਬਰਸ ਦੇਖਣੇ ਪੈਣਗੇ ਮੈਮ ਮੇਨ ਜਿਹੜੀ ਆਪਾਂ ਗੱਲ ਕਰੀਏ UK ਦੇ ਵਿੱਚ ਸਭ ਤੋਂ ਚੰਗੀ ਆਪਸ਼ਨ ਬੱਚਿਆਂ ਨੂੰ ਇਹ ਹੈ ਕਿ ਤੁਸੀਂ ਜੇ ਆਪਾਂ ਐਗਜ਼ਾਮਪਲ ਲਈਏ ਕੈਨੇਡਾ ਜਾਣਾ ਤਾਂ 6 ਬੈਂਡ ਆਪਾਂ ਨੂੰ ਘੱਟੋ ਘੱਟ ਚਾਹੀਦੇ ਹੈ ਪਰ UK ਦੇ ਵਿੱਚ ਜੇਕਰ ਤੁਸੀਂ +2 ਪਾਸ ਆਊਟ ਹੋ ਔਰ ਤੁਸੀਂ ਚਾਹੁੰਦੇ ਹੋ ਕਿ ਮੈਂ ਆਇਲਸ ਨਹੀਂ ਕਰਨੀ ਜਾਂ ਮੈਂ ਕੀਤੀ ਹੈ 1-2 ਵਾਰੀ ਬੈਂਡ ਘੱਟ ਰਹਿ ਗਏ ਤਾਂ ਵੀ ਤੁਸੀਂ ਡ੍ਰੀਮ ਡੈਸਟੀਨੇਸ਼ਨ ਤੁਹਾਡੀ ਹੈਗੀ ਕਿ ਸਟੱਡੀ ਅਬਰੋਡ ਮੈਂ ਕਰਨੀ ਹੈ ਮੈਂ ਬਾਹਰ ਜਾ ਕੇ ਪੜ੍ਹਾਈ ਕਰਨੀ ਹੈ ਸੋ ਉਹਨਾਂ ਬੱਚਿਆਂ ਲਈ UK ਸਭ ਤੋਂ ਚੰਗੀ ਡੈਸਟੀਨੇਸ਼ਨ ਮੈਂ ਕਹੂੰਗਾ ਉਹ ਇਸ ਲਈ ਹੈ ਕਿ ਤੁਸੀਂ +2 ਪਾਸ ਆਊਟ ਹੋ 2-4-5 ਸਾਲ ਦਾ ਤੁਹਾਡਾ ਸਟੱਡੀ ਗੈਪ ਹੈ ਤੁਹਾਡੇ +2 ਇੰਗਲਿਸ਼ ਸਬਜੈਕਟ ਦੇ ਵਿੱਚ ਨੰਬਰ ਜੇਕਰ 65% ਹੈਗੇ ਨੇ ਤਾਂ ਤੁਸੀਂ ਈਜ਼ਲੀ UK ਵਿਦਆਊਟ ਆਇਲਸ ਜਾ ਸਕਦੇ ਹੋ ਉਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਜੇ ਤੁਹਾਡੀ ਪਰਸੈਂਟੇਜ ਘੱਟ ਹੈ ਤੁਸੀਂ 50% ਹੈ 45% ਹੈ ਤਾਂ ਤੁਹਾਡੇ ਇੰਗਲਿਸ਼ ਦੇ ਵਿੱਚ ਬੈਂਡ ਜਿਹੜੇ ਹੈ ਓਵਰਆਲ 6 ਹੈ ਈਚ ਮੋਡਿਊਲ 5.5 ਹੈਗੇ ਤਾਂ ਤੁਸੀਂ ਘੱਟ ਨੰਬਰਾਂ ਦੇ ਨਾਲ ਵੀ UK ਵਿੱਚ ਜਾ ਸਕਦੇ ਹੋ ਸੋ ਤੁਹਾਡਾ ਗੈਪ ਹੈ ਤੁਸੀਂ ਤਾਂ ਵੀ UK ਜਾ ਸਕਦੇ ਹੋ ਤੁਹਾਡੀ ਸਟੱਡੀ 'ਚ ਨੰਬਰ ਘੱਟ ਹੈ ਤੁਸੀਂ ਤਾਂ ਵੀ UK ਜਾ ਸਕਦੇ ਹੋ ਤੁਸੀਂ ਆਇਲਸ ਨਹੀਂ ਕੀਤਾ
ਜਾ ਸਕਦਾ। ਔਰ ਅੱਜ ਇੱਕ ਮੈਂ ਖਾਸ ਅਨਾਊਂਸਮੈਂਟ ਯੂਕੇ ਜਾਣ ਵਾਲੇ ਬੱਚਿਆਂ ਲਈ ਕਰੂੰਗਾ। ਇੱਥੇ ਕਿਤੇ ਨਾ ਕਿਤੇ ਬਹੁਤ ਕੁਐਸਚਨਸ ਆ ਰਹੇ ਸੀ ਉਹਨਾਂ ਬੱਚਿਆਂ ਦੇ ਕਿ ਜਿਹਨਾਂ ਦੀ ਪਰਸੈਂਟੇਜ ਚਲੋ 65% ਇੰਗਲਿਸ਼ 'ਚ ਹੈਗੀ ਉਹ ਜਾ ਸਕਦੇ ਨੇ, ਜਾਂ ਜਿਹਨਾਂ ਦੀ ਪਰਸੈਂਟੇਜ ਲੋ ਇਹਨੂੰ ਆਇਲਸ ਚਾਹੀਦਾ ਉਹ ਬੱਚੇ ਵੀ ਜਾ ਸਕਦੇ ਨੇ। ਕੁਐਸਚਨ ਉਹਨਾਂ ਬੱਚਿਆਂ ਦੇ ਸੀ ਜਿਹਨਾਂ ਦੇ ਓਵਰਆਲ ਪਰਸੈਂਟੇਜ ਜਿਹੜੀ ਸੀਗੀ ਉਹ 55 ਜਾਂ 60 ਸੀਗੀ, ਪਰ ਇੰਗਲਿਸ਼ ਸਬਜੈਕਟ 'ਚ ਨੰਬਰ ਘੱਟ ਸੀ ਔਰ ਸਟੱਡੀ ਦੇ ਵਿੱਚ 2-4 ਸਾਲ ਦਾ ਗੈਪ ਸੀ, ਉਹ ਸੋਚ ਰਹੇ ਸੀਗੇ ਅਸੀਂ ਕਿਸ ਤਰੀਕੇ ਨਾਲ ਯੂਕੇ ਜਾ ਸਕਦੇ ਹਾਂ। ਸੋ ਉਹਨਾਂ ਬੱਚਿਆਂ ਲਈ ਖੁਸ਼ਖਬਰੀ ਹੈ ਕਿ ਜੇਕਰ ਤੁਸੀਂ ਪਲੱਸ ਟੂ ਪਾਸ ਆਊਟ ਹੋ, 2018, 2019 ਜਾਂ 2020 ਤੁਸੀਂ ਪਾਸ ਆਊਟ ਹੋਣੇ ਚਾਹੀਦੇ ਹੋ, ਓਵਰਆਲ ਪਰਸੈਂਟੇਜ ਤੁਹਾਡੀ 55% ਹੋਣੀ ਚਾਹੀਦੀ ਹੈ, ਚਾਹੇ ਤੁਸੀਂ ਸਟੇਟ ਬੋਰਡ ਕਿਸੇ ਵੀ ਸਟੇਟ ਤੋਂ ਪੜ੍ਹੇ ਹੋ ਜਾਂ ਤੁਸੀਂ CBSE ਜਾਂ ICSE ਬੋਰਡ ਤੋਂ ਪੜ੍ਹੇ ਹੋ। ਇੰਗਲਿਸ਼ ਸਬਜੈਕਟ ਦੇ ਵਿੱਚ ਤੁਹਾਡੇ ਜਿਹੜੇ ਘੱਟੋ ਘੱਟ ਨੰਬਰ ਨੇ ਜੇ ਉਹ 40% ਵੀ ਹੈਗੇ ਨੇ ਤਾਂ ਵੀ ਤੁਸੀਂ UK ਦੇ ਵਿੱਚ ਜਾ ਕੇ ਅਕਤੂਬਰ ਨਵੰਬਰ ਇਨਟੇਕ ਦੇ ਵਿੱਚ ਪੜ੍ਹਾਈ ਕਰ ਸਕਦੇ ਹੋ। ਬਿਲਕੁਲ ਮੈਂ ਗੱਲ ਨੂੰ ਦੁਹਰਾਉਣਾ ਵੀ ਜ਼ਰੂਰ ਚਾਹੂੰਗਾ ਕਿ ਤੁਹਾਡੇ 40% ਇੰਗਲਿਸ਼ 'ਚ ਨੰਬਰ ਨੇ, 2018, 2019, 2020 ਦੇ ਵਿੱਚ ਤੁਸੀਂ ਪਲੱਸ ਟੂ ਕੀਤੀ ਹੋਈ ਹੈ, ਓਵਰਆਲ ਪਰਸੈਂਟੇਜ ਤੁਹਾਡੀ 55 ਹੈ, ਕਿਸੇ ਵੀ ਬੋਰਡ ਤੋਂ ਤੁਸੀਂ ਪੜ੍ਹੇ ਹੋਏ ਹੋ, ਤੁਸੀਂ ਅਕਤੂਬਰ ਇਨਟੇਕ ਦੇ ਵਿੱਚ UK ਜਾ ਕੇ ਸਟੂਡੈਂਟ ਵੀਜ਼ਾ ਲੈ ਸਕਦੇ ਹੋ। ਔਰ ਇਹਦੇ ਵਿੱਚ ਤੁਹਾਨੂੰ ਕੋਈ ਫਾਊਂਡੇਸ਼ਨ ਕੋਰਸ ਕਰਨ ਦੀ ਜ਼ਰੂਰਤ ਨਹੀਂ ਪੈਣੀ, ਕੋਈ ਛੋਟਾ ਮੋਟਾ ਇੰਗਲਿਸ਼ ਕੋਰਸ ਕਰਨ ਦੀ ਜ਼ਰੂਰਤ ਨਹੀਂ ਪੈਣੀ, ਕੋਈ ਯੂਨੀਵਰਸਿਟੀ ਵੱਲੋਂ HLA ਟਾਈਪ ਟੈਸਟ ਨਹੀਂ ਤੁਹਾਨੂੰ ਦੇਣਾ ਪੈਣਾ। ਡਾਇਰੈਕਟਲੀ ਤੁਹਾਡਾ ਐਡਮਿਸ਼ਨ ਹੋਊਗਾ, ਤੁਹਾਡੀ ਜਿਹੜਾ ਕੋਰਸ ਹੋਊਗਾ ਡਾਇਰੈਕਟਲੀ ਬੈਚਲਰ ਜਾਂ ਮਾਸਟਰ ਡਿਗਰੀ ਹੋਊਗੀ ਜਿਸ ਅਕੋਰਡਿੰਗ ਬੱਚਾ ਹੋਊਗਾ। ਔਰ ਉਹਦੇ ਨਾਲ ਜਿਹੜਾ ਬੱਚੇ, ਇਹ ਤਾਂ ਬੈਚਲਰ ਵਾਲਿਆਂ ਦੀ ਗੱਲ ਸੀ, ਜਿਹੜੇ ਬੱਚੇ ਗ੍ਰੈਜੂਏਸ਼ਨ ਕਰ ਚੁੱਕੇ ਨੇ 2015 ਔਨਵਰਡਸ, ਜਿਹੜੇ ਬੱਚੇ ਹੈਗੇ ਜਿਨ੍ਹਾਂ ਦੀ ਗ੍ਰੈਜੂਏਸ਼ਨ 2015 ਹੈ ਘੱਟੋ ਘੱਟ, ਉਸ ਤੋਂ ਬਾਅਦ ਬੱਚੇ ਦਾ ਜੇਕਰ ਸਟੱਡੀ ਗੈਪ ਹੈ, ਜਸਟੀਫਿਕੇਸ਼ਨ ਪ੍ਰੋਪਰ ਤੁਹਾਡੇ ਕੋਲ ਹੋਣੀ ਚਾਹੀਦੀ ਹੈ, ਤੁਹਾਡੇ ਓਵਰਆਲ 55% ਨੇ ਯਾਨੀ ਕਿ 55% ਨੇ, ਇੰਗਲਿਸ਼ ਸਬਜੈਕਟ ਦੇ ਵਿੱਚ ਤੁਹਾਡੇ ਪਲੱਸ ਟੂ ਦੇ ਨੰਬਰ 40% ਨੇ, ਤੁਸੀਂ ਮਾਸਟਰਸ ਕਰਨ ਲਈ ਵੀ UK ਦੇ ਵਿੱਚ ਜਾ ਸਕਦੇ ਹੋ, ਔਰ ਬਿਨਾਂ ਕਿਸੇ ਆਇਲਸ ਤੋਂ, ਬਿਨਾਂ ਕਿਸੇ HLA ਟੈਸਟ ਤੋਂ ਤੁਸੀਂ ਡਾਇਰੈਕਟਲੀ ਆਪਣੀ ਡਿਗਰੀ ਦੇ ਵਿੱਚ ਐਡਮਿਸ਼ਨ ਲੈ ਸਕਦੇ ਹੋ। ਯਾਨੀ ਕਿ ਜਿੱਥੇ ਆਪਾਂ ਨੂੰ ਵਧੀਆ ਪਰਸੈਂਟੇਜ ਵਾਲੇ ਬੱਚੇ ਸੀ, 65% ਵਾਲੇ ਬੱਚੇ ਸੀ ਜਾਂ 70% ਵਾਲੇ ਬੱਚੇ ਸੀ, ਉੱਥੇ ਹੁਣ ਜਿਹੜੇ ਬੱਚਿਆਂ ਦੇ ਇੰਗਲਿਸ਼ ਦੇ ਵਿੱਚ 40% ਨੰਬਰ ਨੇ, ਓਵਰਆਲ 55% ਨੰਬਰ ਨੇ, ਉਹ ਬੱਚੇ ਵੀ ਹੁਣ UK ਜਾ ਕੇ ਸਟੂਡੈਂਟ ਵੀਜ਼ਾ 'ਤੇ ਪੜ੍ਹਾਈ ਕਰ ਸਕਦੇ ਨੇ। ਜੀ ਜਤਿੰਦਰ ਜੀ, ਜਿੱਦਾਂ ਮੈਂ ਪਹਿਲੇ ਦੇ ਟਾਈਮ ਦੀ ਜੇ ਗੱਲ ਕਰਾਂ, ਜਿੱਦਾਂ ਪਹਿਲੇ ਸਾਡੇ ਰਿਸ਼ਤੇਦਾਰ ਵੱਡੇ ਵਡੇਰੇ ਉੱਥੇ ਗਏ ਨੇ ਜਿਹੜੇ ਆਲਰੇਡੀ UK ਬੈਠੇ ਨੇ, ਉਹਨਾਂ ਨੂੰ ਪੱਕੇ ਹੋਣ ਦੇ ਲਈ ਲਗਭਗ 10-15 ਸਾਲ ਦਾ ਟਾਈਮ ਵੀ ਲੱਗ ਗਿਆ ਮੈਕਸੀਮਮ, ਕਿਆ ਅੱਜ ਵੀ ਓਨਾ ਹੀ ਔਖਾ ਹੈਗਾ ਜਾਂ ਕੁਛ ਚੇਂਜਸ ਆਏ ਨੇ? ਨਹੀਂ ਮੈਮ, ਜਿਵੇਂ ਮੈਂ ਸ਼ੋਅ ਦੇ ਸਟਾਰਟਅਪ 'ਚ ਗੱਲ ਕੀਤੀ ਸੀ ਕਿ ਜਦੋਂ ਆਪਣੇ ਪਹਿਲਾਂ ਸਟੂਡੈਂਟ ਵੀ ਜਾਂਦੇ ਸੀ, ਆਪਣੇ ਸਟੂਡੈਂਟ ਨੂੰ ਕਿਤੇ ਨਾ ਕਿਤੇ ਕੀ ਹੁੰਦਾ ਕਿ ਬੱਚਾ ਸਟੱਡੀ ਲਈ ਜਾਂਦਾ, ਪਰ ਆਪਣੇ ਸਟੂਡੈਂਟ ਜਿਹੜਾ ਮੇਨ ਮੋਟਿਵ ਉੱਥੇ ਜਾ ਕੇ ਸਟੱਡੀ ਨਹੀਂ ਰਹਿੰਦਾ, ਉਹ ਕੰਮ ਕਰਨਾ ਹੋ ਜਾਂਦਾ, ਕਿਉਂਕਿ UK ਕਿੱਦਾਂ ਦੀ ਕੰਟਰੀ ਹੈ ਕਿ ਬੱਚੇ ਨੂੰ ਕੰਮ ਕਰਨ ਨੂੰ ਲੈ ਕੇ ਕੋਈ ਘਾਟਾ ਨਹੀਂ ਹੈਗਾ। ਦੂਜੀ ਗੱਲ ਹੈ ਕਿ ਉੱਥੇ ਵੇਜ ਰੇਟ ਬਹੁਤ ਵਧੀਆ ਨੇ, ਤੁਹਾਨੂੰ ਘੱਟੋ ਘੱਟ ਜਿਹੜਾ ਪਰ ਆ ਰਿਹਾ ਤੁਹਾਨੂੰ 6-7 ਪਾਉਂਡ ਬੱਚੇ ਨੂੰ ਮਿਲਦਾ, ਉੱਥੇ ਅਰਨਿੰਗਸ ਬੱਚੇ ਦੀਆਂ ਬਹੁਤ ਚੰਗੀਆਂ ਹੁੰਦੀਆਂ ਨੇ। ਜੇ ਮੈਂ ਇਹ ਗੱਲ ਕਹਾਂ ਕਿ ਬੱਚਾ ਉੱਥੇ ਜਾ ਕੇ ਆਪਣੇ ਸੈਕੰਡ ਥਰਡ ਈਅਰ ਦੀਆਂ ਜਿਹੜੀਆਂ ਫੀਸਾਂ ਨੇ ਉਹ ਵੀ ਈਜ਼ਲੀ ਕੱਢ ਸਕਦਾ, ਤਾਂ ਇਹ 'ਚ ਕੋਈ ਗੱਲ 'ਚ ਗਲਤੀ ਨਹੀਂ ਹੋਊਗੀ, ਕਿਉਂਕਿ ਬੱਚੇ ਨੂੰ ਉੱਥੇ ਅਰਨਿੰਗਸ ਬਹੁਤ ਚੰਗੀਆਂ ਹੋ ਜਾਂਦੀਆਂ ਨੇ। ਹੁਣ ਜਿਹੜੇ UK ਬੱਚੇ ਅੱਜ ਤੋਂ ਪਹਿਲਾਂ ਜਾਂਦੇ ਸੀ ਜਾਂ ਜਿਹੜੇ ਹੁਣ ਵੀ ਬੱਚੇ ਜਾ ਰਹੇ ਨੇ, ਜਿਹੜੇ ਬੱਚੇ ਉੱਥੇ ਪ੍ਰੋਪਰ ਸਟੱਡੀ ਕਰਨਗੇ, ਇੱਕ ਬੱਚੇ ਦੀ 3 ਸਾਲ ਦੀ ਸਟੱਡੀ ਹੈ, 2 ਸਾਲ ਦੀ ਸਟੱਡੀ ਹੈ ਜਾਂ ਕਿਸੇ ਦੀ 1 ਸਾਲ ਦੀ ਸਟੱਡੀ ਹੈ, ਜਦੋਂ ਉਹ ਬੱਚਾ ਪ੍ਰੋਪਰ ਆਪਣੀ ਸਟੱਡੀ ਕਰੂਗਾ, ਪ੍ਰੋਪਰ ਸਟੱਡੀ ਨੂੰ ਆਪਣਾ ਟਾਈਮ ਦਊਗਾ, ਉਸ ਤੋਂ ਬਾਅਦ ਜਿਹੜਾ PSW ਹੈ ਜਾਂ ਜਿਹੜਾ ਸਟੱਡੀ ਦੇ ਦੌਰਾਨ ਬੱਚੇ ਨੂੰ 20 ਘੰਟੇ ਬੱਚਾ ਵੀਕਲੀ ਉੱਥੇ ਕੰਮ ਕਰ ਸਕਦਾ, ਸੈਟਰਡੇ ਸੰਡੇ ਫੁੱਲ ਟਾਈਮ ਤੁਹਾਡੇ ਕੋਲ ਵਰਕ ਪਰਮਿਟ ਹੈ, ਤੁਸੀਂ ਜਿਹੜਾ ਉਹ ਪ੍ਰੋਪਰ ਕੰਮ ਕਰ ਰਿਹਾ ਆਪਣੀ ਇਲੀਜੀਬਿਲਟੀ ਦੇ ਅਕੋਰਡਿੰਗ ਰਹਿ ਕੇ ਕਰੋ, ਤੁਸੀਂ ਕਦੇ ਵੀ ਇਲੀਗਲ ਹੋ ਕੇ ਕੰਮ ਕਰਨ ਦੀ ਕੋਸ਼ਿਸ਼ ਨਾ ਕਰੋ, ਉੱਥੇ ਜਿਹੜੀ ਸੈਲਰੀਜ਼ ਨੇ ਤੁਹਾਡੀਆਂ ਤੁਹਾਡੇ ਕੋਲ ਅਕਾਊਂਟਸ 'ਚ ਆਉਂਦੀਆਂ ਨੇ, ਉਸ ਤੋਂ ਬਾਅਦ ਤੁਹਾਡਾ PSW 'ਚ ਤੁਸੀਂ ਪ੍ਰੋਪਰ ਰਹਿੰਦੇ, ਕੋਈ ਵੀ ਇਲੀਗਲ ਐਕਟੀਵਿਟੀ ਤੁਸੀਂ ਨਹੀਂ ਕਰਦੇ, ਤਾਂ ਤੁਸੀਂ PR ਲਈ ਇਲੀਜੀਬਲ ਹੁੰਦੇ ਆਪਣੇ PSW ਤੋਂ ਬਾਅਦ। ਆਪਣੇ ਬੱਚੇ ਜਿਹੜੇ ਪੁਰਾਣੇ ਗਏ ਹੋਏ ਸੀ ਜਾਂ ਪੁਰਾਣੇ ਲੋਕ ਵੈਸੇ ਜਿਹੜੇ ਜਾਂਦੇ ਸੀ, ਉਹ 'ਚ ਕੀ ਸੀ ਕਿ ਬੱਚੇ ਜਾਂਦੇ ਸੀ ਪੜ੍ਹਾਈ ਲਈ ਇੱਥੋਂ, ਕਈਆਂ ਬੱਚਿਆਂ ਦੇ ਜਿਵੇਂ ਆਪਾਂ UK ਦੇਖਿਆ ਕਿ 2010-11 'ਚ ਕਾਲਜਸ ਸੀ, ਮੈਕਸੀਮਮ ਲੋਕ ਕਾਲਜ ਪ੍ਰਮੋਟ ਕਰਦੇ ਸੀ, 4-5 ਹਜ਼ਾਰ ਪਾਉਂਡ ਬੱਚੇ ਦੀ ਫੀਸ ਸੀ, ਬੱਚਾ ਫੀਸ ਪੇ ਕਰਕੇ 5-6 ਲੱਖ 'ਚ ਬੱਚਾ UK ਚਲਾ ਜਾਂਦਾ ਸੀ, ਉਹ ਬੱਚਾ ਉੱਥੇ ਜਾ ਕੇ ਕਿਤੇ ਨਾ ਕਿਤੇ ਕੰਮ ਕਰਨ ਵੱਲ ਪੈ ਜਾਂਦਾ ਸੀ, ਪੜ੍ਹਾਈ ਆਪਣੀ ਡਿਸਕੰਟੀਨਿਊ ਕਰ ਦਿੰਦਾ ਸੀ, ਜਾਂ ਕਈ ਬੱਚਿਆਂ ਦੇ ਕਾਲਜਸ ਬੰਦ ਹੋ ਗਏ, ਬੱਚਿਆਂ ਨੇ ਪੜ੍ਹਾਈ ਅੱਗੇ ਸਟਾਰਟ ਨਹੀਂ ਕੀਤੀ, ਬੱਚੇ ਇਲੀਗਲ ਰਹਿਣਾ ਸ਼ੁਰੂ ਹੋ ਗਏ, ਉਹਨਾਂ ਨੂੰ ਕਿਤੇ ਨਾ ਕਿਤੇ ਦਿੱਕਤ ਪਰੇਸ਼ਾਨੀ ਜ਼ਰੂਰ ਆਉਂਦੀ ਹੈ ਉੱਥੇ PR ਲੈਣ ਦੇ ਵਿੱਚ। ਪਰ ਜਿਹੜੇ ਬੱਚੇ ਅੱਜ ਤੋਂ 10 ਸਾਲ ਪਹਿਲਾਂ ਗਏ ਸੀ ਜਾਂ 6 ਸਾਲ 5 ਸਾਲ ਪਹਿਲਾਂ ਗਏ ਸੀ, ਉਹ ਵੀ ਬੱਚੇ ਜਿਨ੍ਹਾਂ ਨੇ ਸਟੱਡੀ ਪੂਰੀ ਕੀਤੀ, ਆਪਣਾ PSW ਪ੍ਰੋਪਰ ਕੰਟੀਨਿਊ ਕੀਤਾ, ਉਹ ਬੱਚੇ ਉੱਥੇ ਅੱਜ PR ਹੋ ਚੁੱਕੇ ਨੇ। ਜਿਵੇਂ ਐਗਜ਼ਾਮਪਲ ਦੇਵਾਂ, ਸਾਡੇ ਵੱਲੋਂ ਸਟੂਡੈਂਟਸ ਜਿਹੜੇ ਅੱਜ ਤੋਂ 4-5 ਸਾਲ ਪਹਿਲਾਂ ਗਏ ਸੀ ਜਾਂ ਸਾਡੇ ਰਿਲੇਟਿਵਸ ਹੈਗੇ ਇੱਦਾਂ ਦੇ ਜਿਨ੍ਹਾਂ ਨੂੰ ਤੁਸੀਂ ਨੰਬਰਸ ਲੈਣਾ ਚਾਹੁੰਦੇ ਹੋ, ਕਾਲ ਕਰਨਾ ਚਾਹੁੰਦੇ ਹੋ, ਉਹ ਵੀ ਕਰਕੇ ਤੁਸੀਂ ਪੁੱਛ ਸਕਦੇ ਹੋ, ਜਿਹੜੇ ਉੱਥੇ 5-6 ਸਾਲ ਦੇ ਵਿੱਚ UK 'ਚ PR ਹੋਏ ਨੇ। ਜੇ ਆਪਾਂ ਕੈਨੇਡਾ ਆਸਟ੍ਰੇਲੀਆ ਦੀ ਗੱਲ ਵੀ ਕਰੀਏ, ਕੈਨੇਡਾ ਆਸਟ੍ਰੇਲੀਆ ਵੀ ਬੱਚੇ ਨੂੰ 4-5 ਸਾਲ ਜਾਂ 6 ਸਾਲ ਬੱਚੇ ਨੂੰ PR ਹੋਣ ਦੇ ਲਈ ਲੱਗ ਜਾਂਦੇ ਨੇ। ਸੋ UK ਵਿੱਚ ਤੁਸੀਂ ਆਪਣੇ PSW ਤੋਂ ਬਾਅਦ ਲੀਜੀਬਲ ਹੋ ਬਿਲਕੁਲ PR ਲੈਣ ਦੇ ਲਈ, ਇਸ ਗੱਲ ਤੋਂ ਕਦੇ ਨਾ ਘਬਰਾਓ ਕਿ ਤੁਸੀਂ UK ਜਾਓਗੇ ਔਰ PR ਨਹੀਂ ਹੋਵੋਗੇ। ਬਿਲਕੁਲ, ਇਹ ਬਹੁਤ ਹੀ ਜ਼ਰੂਰੀਆਂ ਗੱਲਾਂ ਇਹਨਾਂ ਨੇ ਸਾਨੂੰ ਦੱਸੀ ਹੈਗੀ ਹੈ। ਮੈਂ ਇੱਕ ਚੀਜ਼ ਤੁਹਾਨੂੰ ਦੱਸ ਦੇਵਾਂ ਕਿ ਜੇ ਤੁਸੀਂ ਵੀ ਕੋਈ ਸਵਾਲ ਜਵਾਬ ਕਰਨਾ ਚਾਹੁੰਦੇ ਹੋ, ਇਹਨਾਂ ਦੇ ਨੰਬਰ
ਤੁਸੀਂ ਕਾਲ ਕਰ ਸਕਦੇ ਹੋ। ਅਦਰਵਾਈਜ਼ ਇਹਨਾਂ ਦੇ ਐਡਰੈਸ ਵੀ ਫਲੈਸ਼ ਹੁੰਦੇ ਪਏ ਨੇ, ਤੁਸੀਂ ਇਹਨਾਂ ਨੂੰ ਐਡਰੈਸ 'ਤੇ ਵੀ ਆ ਕੇ ਵਿਜ਼ਿਟ ਕਰ ਸਕਦੇ ਹੋ। ਅਤੇ ਕੰਸਲਟੈਂਸੀ ਇਹਨਾਂ ਦੀ ਤੁਹਾਨੂੰ ਆਲਵੇਜ਼ ਹੈਲਪ ਕਰਨ ਦੇ ਲਈ, ਇੱਕ ਜੈਨੂਇਨ ਹੈਲਪ ਕਰਨ ਦੇ ਲਈ ਤਿਆਰ ਰਹੇਗੀ। ਜਤਿੰਦਰ ਜੀ, ਇੱਕ ਮੈਂ ਹੋਰ ਜ਼ਰੂਰ ਚੀਜ਼ ਪੁੱਛਣਾ ਚਾਹੁੰਦੀ ਹਾਂ, ਖਾਸ ਤੌਰ 'ਤੇ ਜਦ ਯੂਕੇ ਦੀ ਗੱਲ ਹੋਈ ਹੈ। ਯੂਕੇ ਜਿਹੜਾ ਮਤਲਬ ਜਿੱਦਾਂ ਸਪੋਜ਼ ਕਿ ਕਿਸੇ ਨੇ ਯੂਕੇ ਨਾ ਜਾਣਾ ਹੋਏ, ਹੋਰ ਉਹਨੇ ਆਸਟ੍ਰੇਲੀਆ ਜਾਣਾ ਹੈ, ਜਾਂ ਕੋਈ ਆਲਰੇਡੀ ਯੂਕੇ ਹੈਗਾ ਉਹਨੇ ਉੱਥੋਂ ਦੀ ਮਾਈਗ੍ਰੇਟ ਹੋਣਾ ਕਿਸੇ ਕੰਟਰੀ ਦੇ ਵਿੱਚ, ਉਸ ਕੇਸ ਦੇ ਵਿੱਚ ਵੀ ਤੁਸੀਂ ਹੈਲਪ ਕਰਦੇ ਹੋ? ਬਿਲਕੁਲ ਮੈਮ, ਕੋਈ ਵੀ ਬੱਚਾ ਜਿਹੜਾ ਅੱਜ ਦੀ ਡੇਟ 'ਚ ਯੂਕੇ ਸਟੱਡੀ ਕਰ ਰਿਹਾ, ਬੇਸ਼ੱਕ ਉਹ ਸਾਡੇ ਥਰੂ ਨਹੀਂ ਗਿਆ, ਉੱਥੇ ਕਿਸੇ ਹੋਰ ਕੰਸਲਟੈਂਟ ਦੇ ਰਾਹੀਂ ਗਿਆ, ਕੋਈ ਬੱਚਾ ਉੱਥੇ ਸਟੱਡੀ ਕਰ ਰਿਹਾ, ਕਿਸੇ ਨੂੰ PSW ਲੈਣ 'ਚ ਦਿੱਕਤ ਆ ਰਹੀ ਹੈ, ਜਾਂ ਉੱਥੇ ਸਟੱਡੀ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ, ਬੱਚਾ ਕੁਝ ਗਾਈਡੈਂਸ ਲੈਣੀ ਚਾਹੁੰਦਾ, ਜਾਂ ਉੱਥੋਂ ਬੱਚਾ ਸਟੱਡੀ ਕਰ ਚੁੱਕਾ, ਬੱਚਾ ਅੱਗੇ ਮੂਵ ਕਰਨਾ ਚਾਹੁੰਦਾ ਹੈ। ਪਰ ਇੱਥੇ ਮੈਂ ਮੇਨ ਗੱਲ ਇੱਕ ਜ਼ਰੂਰ ਦੱਸੂੰਗਾ ਕਿ ਜਿਹੜਾ ਬੱਚਾ ਅੱਜ ਤੱਕ ਯੂਕੇ ਸਟੱਡੀ ਕਰਨ ਲਈ ਗਿਆ, ਉੱਥੋਂ ਕਦੇ ਅੱਗੇ ਮੂਵ ਹੋਣ ਦੀ ਕੋਸ਼ਿਸ਼ ਨਹੀਂ ਕਰਦਾ, ਨਾ ਬੱਚਾ ਸੋਚਦਾ, ਕਿਉਂਕਿ ਯੂਕੇ ਦੇ ਵਿੱਚ ਬੱਚੇ ਨੂੰ ਕੋਈ ਪ੍ਰੋਬਲਮਸ ਹੀ ਨਹੀਂ ਆਉਂਦੀਆਂ ਜਾ ਕੇ ਉੱਥੇ। ਆਸਟ੍ਰੇਲੀਆ ਤੋਂ ਜੇ ਕਿਸੇ ਨੇ ਯੂਕੇ ਮੂਵ, ਬਿਲਕੁਲ ਮੈਮ, ਜਿਹੜਾ ਕੋਈ ਬੱਚਾ ਆਸਟ੍ਰੇਲੀਆ ਸਟੱਡੀ ਕਰ ਰਿਹਾ, ਕੈਨੇਡਾ ਸਟੱਡੀ ਕਰ ਰਿਹਾ, ਕੋਈ ਵੀ ਬੱਚਾ ਜੇਕਰ ਆਪਣੀ ਸਟੱਡੀ ਕੰਪਲੀਟ ਕਰਦਾ ਕਿਸੇ ਵੀ ਕੰਟਰੀ 'ਚ, ਫੋਰ ਐਗਜ਼ਾਮਪਲ ਚਾਹੇ ਕੋਈ ਬੱਚਾ ਕਿਸੇ ਯੂਰੋਪੀਅਨ ਕੰਟਰੀ 'ਚ ਵੀ ਪੜ ਰਿਹਾ, ਕੋਈ ਬੱਚੇ ਜਿਵੇਂ ਸਾਈਪ੍ਰਸ ਚੱਲ ਜਾਂਦੇ ਨੇ ਆਪਣੇ ਬੱਚੇ, ਜਾਂ ਸਿੰਗਾਪੁਰ ਜਿਹੜੇ ਬੱਚੇ ਗਏ ਹੁੰਦੇ, ਉਹਨਾਂ ਕੋਲ ਆਪਸ਼ਨ ਮੁੱਕ ਜਾਂਦੀ ਹੈ ਸਾਲ ਦੋ ਸਾਲ ਤੋਂ ਬਾਅਦ ਕਿ ਅੱਗੇ ਹੁਣ ਕੀ ਕਰੀ, ਕਿਉਂਕਿ ਅਰਨਿੰਗਸ ਬਹੁਤ ਘੱਟ ਹੁੰਦੀਆਂ ਨੇ, ਇੱਥੋਂ ਸੁਪਨੇ ਬੱਚਾ ਵੱਡੇ ਲੈ ਕੇ ਗਿਆ ਹੁੰਦਾ, ਉੱਥੇ ਜਾ ਕੇ ਉਹ ਪੂਰੇ ਨਹੀਂ ਹੁੰਦੇ। ਬਹੁਤ ਸਟੂਡੈਂਟ ਦੀ ਕੁਐਰੀਜ਼ ਇੱਦਾਂ ਹੁੰਦੀਆਂ ਨੇ, ਜਿਵੇਂ ਸਾਈਪ੍ਰਸ ਦੀ ਗੱਲ ਕਰੀਏ, ਸਿੰਗਾਪੁਰ ਦੀ ਗੱਲ ਕਰੀਏ, ਤਾਂ ਉਹ ਵੀ ਬੱਚੇ ਬਿਲਕੁਲ ਆਪਣੀ ਸਟੱਡੀ ਜਿਹੜੀ ਹੈ ਉਹ ਯੂਕੇ ਜਾ ਕੇ ਕਰ ਸਕਦੇ ਨੇ, ਉੱਥੋਂ ਮੂਵ ਹੋਣਾ ਚਾਹੁੰਦੇ ਨੇ, ਉੱਥੋਂ ਵੀ ਮੂਵ ਹੋ ਸਕਦੇ ਨੇ, ਇੰਡੀਆ ਆ ਕੇ ਦੁਬਾਰਾ ਤੋਂ ਅਪਲਾਈ ਕਰਕੇ ਮੂਵ ਹੋਣਾ ਚਾਹੁੰਦੇ ਨੇ, ਤਾਂ ਵੀ ਬੱਚੇ ਜਿਹੜੇ ਨੇ ਯੂਕੇ ਮੂਵ ਹੋ ਸਕਦੇ ਨੇ, ਕਿਉਂਕਿ ਯੂਕੇ ਦੇ ਵਿੱਚ ਬੱਚੇ ਨੂੰ ਹਰੇਕ ਤਰੀਕੇ ਦੀ ਸਹੂਲਤ ਅੱਜ ਦੀ ਡੇਟ ਦੇ ਵਿੱਚ। ਕੋਈ ਬੱਚੇ ਤੋਂ ਅਪਲਾਈ ਕਰਨਾ ਚਾਹੁੰਦਾ, ਖਰਚੇ ਪਹਿਲੀ ਗੱਲ ਤਾਂ ਬਹੁਤ ਘੱਟ ਨੇ, ਬੱਚੇ ਤੋਂ 6 ਮੰਥ ਦੀ ਫੀਸ ਜਿਹੜੀ ਉਹ ਪੇ ਕਰਕੇ ਜਾ ਸਕਦਾ, ਅਪਰੋਕਸੀਮੇਟਲੀ ਤੁਹਾਡੀ ਫੀਸ 4 ਤੋਂ 6 ਲੱਖ 6 ਮੰਥ ਦੀ ਤੁਹਾਡੀ ਫੀਸ ਬਣਦੀ ਹੈ। ਬੱਚੇ ਦੇ ਅੰਬੈਸੀ ਫੀਸ ਆ 30-35 ਹਜ਼ਾਰ ਰੁਪਏ ਅੰਬੈਸੀ ਫੀਸ ਆ ਬੱਚੇ ਦੀ। ਉਸ ਤੋਂ ਇਲਾਵਾ ਬੱਚੇ ਦਾ ਇੰਸ਼ੋਰੈਂਸ ਹੋਣਾ, ਉਹ £400 ਬੱਚੇ ਦਾ ਪਰ ਈਅਰ ਇੰਸ਼ੋਰੈਂਸ ਦਾ ਖਰਚਾ ਹੁੰਦਾ। ਸੋ ਜੇ ਆਪਾਂ ਬੈਚਲਰ ਵਾਲਾ ਬੱਚਾ ਜਿਹੜਾ ਉੱਥੇ ਬੈਚਲਰ ਕਰਨ ਲਈ ਜਾ ਰਿਹਾ ਬੱਚਾ, ਜੇ ਆਪਾਂ ਉਹਦਾ ਓਵਰਆਲ ਐਕਸਪੈਂਸ ਲਾ ਕੇ ਚੱਲੀਏ, ਤਾਂ ਬੱਚਾ 9 ਤੋਂ 10 ਲੱਖ ਦੇ ਵਿੱਚ ਯੂਕੇ ਦੇ ਵਿੱਚ ਸਟੱਡੀ ਕਰ ਸਕਦਾ ਆਪਣੀ 6 ਮੰਥ ਦੀ ਫੀਸ ਪੇ ਕਰਕੇ। ਮਾਸਟਰਸ ਵਾਲੇ ਬੱਚੇ ਦੀ ਗੱਲ ਕਰੀਏ, ਉਹਦਾ ਵੀ ਇੰਨਾ ਕੀ ਖਰਚਾ ਹੁੰਦਾ। ਉਸ ਤੋਂ ਇਲਾਵਾ ਜਿਹੜੀ ਖਾਸ ਗੱਲ ਜਿਹੜੀ ਅਸੀਂ ਬੱਚਿਆਂ ਨੂੰ ਪ੍ਰੋਵਾਈਡ ਕਰ ਰਹੇ ਹਾਂ ਕਿ ਬੱਚਾ ਜਿਹੜਾ ਯੂਕੇ ਸਾਡੇ ਥਰੂ ਅਪਲਾਈ ਕਰ ਰਿਹਾ, ਬੱਚੇ ਦੀ ਜੇਕਰ ਪਰਸੈਂਟੇਜ ਘੱਟ ਵੀ ਹੈ, ਜਿਵੇਂ ਮੈਂ ਗੱਲ ਕੀਤੀ ਕਿ 40% ਇੰਗਲਿਸ਼ ਨੇ, ਓਵਰਆਲ 55% ਨੇ, ਉਹ ਬੱਚੇ ਅਪਲਾਈ ਕਰਦੇ ਨੇ, ਜਾਂ ਜਿਹਨਾਂ ਬੱਚਿਆਂ ਦਾ ਸਕੋਰ ਚੰਗਾ ਹੈਗਾ 65% ਇੰਗਲਿਸ਼ 'ਚ ਨੇ, ਓਵਰਆਲ ਪਰਸੈਂਟੇਜ ਵੀ 60-65 ਹੈਗੇ, ਉਹਨਾਂ ਬੱਚਿਆਂ ਲਈ ਸਾਡੇ ਕੋਲ ਇੱਕ ਖਾਸ ਆਪਸ਼ਨ ਹੈ ਕਿ ਤੁਹਾਨੂੰ ਘੱਟੋ ਘੱਟ £1500 ਤੋਂ ਲੈ ਕੇ ਉੱਥੇ 4 ਤੋਂ 5 ਹਜ਼ਾਰ ਪਾਉਂਡ ਪਰ ਈਅਰ ਜਿਹੜੀ ਹੈ ਸਕਾਲਰਸ਼ਿਪ ਵੀ ਤੁਹਾਨੂੰ ਨਾਲ ਮਿਲ ਸਕਦੀ ਹੈ। ਸਕਾਲਰਸ਼ਿਪ ਦੀ ਜੇ ਆਪਾਂ ਐਗਜ਼ਾਮਪਲਸ ਦੀ ਗੱਲ ਕਰੀਏ, ਲਾਸਟ ਇਨਟੇਕ ਅਸੀਂ ਬੱਚੇ ਤੁਹਾਨੂੰ ਰੂਬਰੂ ਬਹੁਤ ਕਰਵਾਏ ਸੀ, ਇਸ ਇਨਟੇਕ 'ਚ ਵੀ ਤੁਹਾਨੂੰ ਅਸੀਂ ਨਾਲ ਬੱਚੇ ਮਿਲਾਉਂਦੇ ਰਹਾਂਗੇ ਸ਼ੋਅ ਦੇ ਐਂਡ, ਤੁਹਾਨੂੰ ਅੱਜ ਵੀ ਬੱਚਿਆਂ ਨਾਲ ਮਿਲਾਇਆ ਜਾਊਗਾ ਕਿ ਜਿਹਨਾਂ ਬੱਚਿਆਂ ਦੀ ਸਕਾਲਰਸ਼ਿਪ ਯੂਨੀਵਰਸਿਟੀ ਤੋਂ ਆਈ ਆ, ਜਿਵੇਂ ਕਿਸੇ ਬੱਚੇ ਦੀ £12,000 ਫੀਸ ਸੀ, ਬੱਚੇ ਦੀ £3,000 ਸਕਾਲਰਸ਼ਿਪ ਆ ਗਈ, ਬੱਚੇ ਦਾ £9,000 ਸਾਲ ਦੀ ਫੀਸ ਰਹਿ ਗਈ, ਯਾਨੀ ਕਿ ਜੇ ਆਪਾਂ ਇੰਡੀਅਨ ਕਰੰਸੀ ਦੇ ਅਕੋਰਡਿੰਗ ਗੱਲ ਕਰੀਏ ਤਾਂ ਇੱਕ ਬੱਚਾ 2 ਤੋਂ 3 ਲੱਖ ਰੁਪਇਆ ਪਰ ਈਅਰ ਸੇਵ ਕਰ ਸਕਦਾ ਜੇ ਉਹ ਬੱਚਾ ਐਜੂਕੇਸ਼ਨ ਅਬਰੋਡ ਕੰਸਲਟੈਂਟਸ ਦੇ ਥਰੂ ਅਪਲਾਈ ਕਰਕੇ ਯੂਕੇ ਜਾਂਦਾ ਤਾਂ। ਬਿਲਕੁਲ ਜਤਿੰਦਰ ਜੀ, ਇੱਕ ਚੀਜ਼ ਹੋਰ ਮੈਨੂੰ ਦੱਸੋ, ਜੇ ਕਿਸੇ ਬੱਚੇ ਦੀ ਰਿਕੁਆਇਰਮੈਂਟ ਹੋਵੇ, ਉਹਨੇ ਆਪਣਾ ਹੀ ਸੁਪਨਾ ਸਜਾਇਆ ਹੋਇਆ ਕਿ ਮੈਂ ਕਾਲਜ ਨਹੀਂ, ਮੈਂ ਯੂਨੀਵਰਸਿਟੀ ਜਾਣਾ, ਇਹ ਵੱਡੀ ਯੂਨੀਵਰਸਿਟੀ ਹੈ, ਲਾਈਕ ਸਪੋਜ਼ ਕੋਵੈਂਟਰੀ ਯੂਨੀਵਰਸਿਟੀ ਹੈ, ਕੋਈ ਹੋਰ ਯੂਨੀਵਰਸਿਟੀ ਹੈਗੀ ਹੈ ਯੂਕੇ ਦੀ, ਅਤੇ ਕਿਆ ਉਹਦੇ 'ਚ ਵੀ ਤੁਸੀਂ ਹੈਲਪ ਕਰਦੇ ਹੋ ਉਹਨਾਂ ਦੀ? ਜੀ ਮੈਮ, ਕੋਈ ਵੀ ਬੱਚਾ ਜਿਹੜਾ ਲਿਜੀਬਿਲਟੀ ਜਿਸ ਅਕੋਰਡਿੰਗ ਬੱਚੇ ਦੀ ਬਣਦੀ ਹੈ, ਜੇ ਬੱਚੇ ਦਾ ਇੱਕ ਡ੍ਰੀਮ ਹੈ ਕਿ ਮੈਂ ਆਕਸਫੋਰਡ ਯੂਨੀਵਰਸਿਟੀ 'ਚ ਪੜ੍ਹਨਾ, ਜਾਂ ਮੈਂ ਕੋਵੈਂਟਰੀ ਯੂਨੀਵਰਸਿਟੀ ਜਾਣਾ, ਕਿਸੇ ਬੱਚੇ ਦੀ ਹਰੇਕ ਬੱਚੇ ਦੀ ਆਪਣੀ ਡਿਮਾਂਡ ਹੁੰਦੀ ਹੈ। ਜੇ ਅਸੀਂ ਆਪਣੀ ਗੱਲ ਕਰੀਏ, ਸਾਡੇ ਤੋਂ 80 ਤੋਂ ਲੈ ਕੇ 90 ਯੂਨੀਵਰਸਿਟੀ ਦਾ ਜੇਕਰ ਸਾਡੇ ਕੋਲ ਡਾਇਰੈਕਟ ਟਾਈਅਪਸ ਨੇ ਉਹਨਾਂ ਦੇ, ਔਰ ਤੁਹਾਨੂੰ ਇਹ ਨਹੀਂ ਕਿ ਤੁਸੀਂ ਆਫਰ ਲੈਟਰ ਅਪਲਾਈ ਕਰਤਾ, ਤੁਹਾਡਾ 6 ਮਹੀਨੇ ਜਾਂ 2 ਮਹੀਨੇ 4 ਮਹੀਨੇ ਆਫਰ ਲੈਟਰ ਨਹੀਂ ਆਊਗਾ, ਤੁਸੀਂ ਹੁਣ ਵੀ ਅਪਲਾਈ ਕਰੋਗੇ, ਤੁਹਾਨੂੰ ਵਿਦਇਨ 5 ਤੋਂ 7 ਡੇਜ਼ ਜਿਹੜੇ ਆਫਰ ਲੈਟਰ ਅਸੀਂ ਪ੍ਰੋਵਾਈਡ ਕਰਵਾਵਾਂਗੇ ਬੱਚਿਆਂ ਨੂੰ ਯੂਕੇ ਜਾਣ ਦੇ ਵਿੱਚ। ਖਾਸ ਗੱਲ ਜਿਹੜੀ ਇਹ ਹੈ ਕਿ ਹਰੇਕ ਬੱਚੇ ਦਾ ਆਪਣਾ ਆਪਣਾ ਏਰੀਆ ਬੱਚੇ ਨੇ ਚੁਣੇ ਹੋਏ ਨੇ, ਕਿ ਕੋਈ ਬੱਚਾ ਸਕਾਟਲੈਂਡ ਜਾਣਾ ਚਾਹੁੰਦਾ, ਕੋਈ ਬੱਚਾ ਮੈਨਚੈਸਟਰ ਜਾਣਾ ਚਾਹੁੰਦਾ, ਕੋਈ ਬੱਚਾ ਵੇਲਸ ਜਾਣਾ ਚਾਹੁੰਦਾ, ਕੋਈ ਬੈਂਗਰ ਸਾਈਡ ਜਾਣਾ ਚਾਹੁੰਦਾ, ਕੋਈ ਬੱਚਾ ਇਨਰ ਲੰਡਨ ਜਾਣਾ ਚਾਹੁੰਦਾ। ਜੇ ਆਪਾਂ ਮੋਟੀ ਜੀ ਗੱਲ ਕਰੀਏ ਤਾਂ ਬੱਚਾ ਇਨਰ ਲੰਡਨ ਆਊਟਰ ਲੰਡਨ ਦੋ ਚੀਜ਼ਾਂ ਨੂੰ ਲੈ ਕੇ ਬੱਚਾ ਜਾਣਾ ਚਾਹੁੰਦਾ, ਕਿਤੇ ਨਾ ਕਿਤੇ ਕਨਫਿਊਜ਼ਨ ਵੀ ਹੈ ਬੱਚਿਆਂ ਨੂੰ ਕਿ ਇਨਰ ਲੰਡਨ ਅਤੇ ਆਊਟਰ ਲੰਡਨ 'ਚ ਫਰਕ ਕੀ ਹੈ। ਜਿਹੜੇ ਬੱਚੇ ਲੰਡਨ ਦੀ ਸਿਟੀਜ਼ ਦੇ ਵਿੱਚ ਰਹਿ ਕੇ ਪੜ੍ਹਦੇ ਨੇ, ਉਹਨੂੰ ਕਿਤੇ ਨਾ ਕਿਤੇ ਐਕਸਪੈਂਸ ਥੋੜ੍ਹੇ ਜ਼ਿਆਦਾ ਹੁੰਦੇ ਨੇ। ਜੇ ਆਪਾਂ ਆਊਟਰ ਲੰਡਨ ਦੀ ਗੱਲ ਕਰੀਏ, ਸਕਾਟਲੈਂਡ ਹੈ, ਵੇਲਸ ਹੈ, ਇਸ ਤੋਂ ਇਲਾਵਾ ਪ੍ਰੈਸਟਨ ਵਾਲੀ ਸਾਈਡ ਹੈ, ਜਾਂ ਬੱਚੇ ਨੂੰ ਵੇਲਸ ਹੈ, ਬੈਂਗਰ ਹੈ, ਹਡਰਸਫੀਲਡ ਹੈ, ਜਾਂ ਬੱਚੇ ਆਪਾਂ ਗੱਲ ਕਰੀਏ ਕਿ ਇੱਕ ਨਾਰਦਰਨ ਆਇਰਲੈਂਡ ਜਿਹੜੀ ਸਾਈਡ ਹੈ, ਉਸ ਸਾਈਡ ਵੀ ਜਾ ਕੇ ਜੇ ਬੱਚਾ ਪੜ੍ਹਦਾ, ਬੱਚੇ ਦੇ ਲਿਵਿੰਗ ਐਕਸਪੈਂਸ ਘੱਟ ਨੇ ਉੱਥੇ, ਯੂਨੀਵਰਸਿਟੀ ਦੇ ਫੀਸਿਸ ਘੱਟ ਨੇ, ਉੱਥੇ ਬੱਚੇ ਨੂੰ ਸਕਾਲਰਸ਼ਿਪ ਦੇ ਆਪਸ਼ਨ ਬਹੁਤ ਜ਼ਿਆਦਾ ਨੇ। ਇੱਥੇ ਮੈਂ ਗੱਲ ਕਰੂੰਗਾ ਕਿ ਲਾਸਟ ਇਨਟੇਕ ਅਸੀਂ
ਸਕਾਲਰਸ਼ਿਪ ਮਿਲਦੇ ਹਨ ਕਿ ਇੱਕ ਬੱਚੇ ਦੀ ਡਿਗਰੀ ਜਿੱਥੇ 36 ਲੱਖ 'ਚ ਬੱਚੇ ਦੀ ਡਿਗਰੀ ਹੋਣੀ ਸੀ ਇੰਡੀਅਨ ਕਰੰਸੀ ਦੀ ਗੱਲ ਕਰੀਏ ਤਾਂ ਉਹ ਬੱਚਾ ਆਪਣੀ ਡਿਗਰੀ ਜਿਹੜੀ ਹੈ ਉਹ 20 ਤੋਂ 22 ਲੱਖ ਦੇ ਵਿੱਚ ਡਿਗਰੀ ਬੱਚੇ ਦੀ ਕੰਪਲੀਟ ਹੋ ਜਾਂਦੀ ਹੈ ਇੱਕ ਇੰਨੀ ਕੁ ਜੇ ਆਪਾਂ ਐਕਸਪੈਂਸ ਦੀ ਗੱਲ ਕਰੀਏ ਤਾਂ ਅੱਜ ਆਪਾਂ ਜੇ ਬੀਟੈਕ ਕਰੀਏ ਜਾਂ ਆਪਾਂ ਐਮ ਟੈਕ ਕੋਈ ਬੱਚਾ ਕਰਦਾ ਜਾਂ ਬੱਚਾ ਕੋਈ BSc ਕਰਦਾ ਇੰਡੀਆ ਵਿੱਚ ਹੀ ਹੋਏ ਬੱਚਾ ਕੋਈ ਖਰਚਾ ਕਰਦਾ ਤਾਂ ਇੰਨੇ ਕੁ ਖਰਚੇ ਦੇ ਵਿੱਚ ਬੱਚੇ ਦੀ ਇੱਥੇ ਵੀ ਬੈਚਲਰ ਡਿਗਰੀ ਨਹੀਂ ਹੋ ਰਹੀ ਜਿੰਨੇ ਘੱਟ ਐਕਸਪੈਂਸ ਤੁਸੀਂ UK ਦੀ ਕਰ ਰਹੇ ਹੋ ਔਰ ਇੱਕ ਵਰਲਡ ਕਲਾਸ ਸਟੱਡੀ ਹੈ UK ਦੀ ਕਿਉਂਕਿ UK ਦੀ ਸਟੱਡੀ ਦੇ ਵਿੱਚ ਆਪਾਂ ਮੰਨੀਏ ਤਾਂ ਆਪਣੇ ਜਿਹੜੇ ਪੁਰਾਣੇ ਟਾਈਮ ਤੋਂ ਆਪਾਂ ਗੱਲ ਕਰਦੇ ਆਪਣੇ ਜਿਹੜੇ ਰਾਜੇ ਮਹਾਰਾਜਾ ਦੇ ਟਾਈਮ ਤੋਂ ਲੈ ਕੇ ਅੱਗੇ ਪੋਲੀਟੀਸ਼ੀਅਨ ਦੇ ਲੈ ਕੇ ਜਾਂ ਆਪਣੇ ਫਿਲਮ ਸਟਾਰ ਨੇ ਜਿੰਨੇ ਵੀ ਹਰੇਕ ਦੇ ਜਿਹੜੇ ਬੱਚੇ ਨੇ ਉਹ ਆਪ ਖੁਦ ਉੱਥੋਂ ਸਟੱਡੀ ਕਰਕੇ ਆਉਂਦੇ ਨੇ ਕਿਉਂਕਿ UK ਦੀ ਜਿਹੜੀ ਸਟੱਡੀ ਹੈ ਉਹ ਇੱਕ ਉਹਦਾ ਲੈਵਲ ਜਿਹੜਾ ਬਹੁਤ ਹਾਈ ਹੈ। ਬਿਲਕੁਲ ਰਾਈਟ, ਇਹ ਬਹੁਤ ਹੀ ਚੰਗੀ ਗੱਲ ਦੱਸੀ ਹੈਗੀ ਤੁਸੀਂ। ਇੱਕ ਗੱਲ ਹੋਰ ਸਾਨੂੰ ਜ਼ਰੂਰ ਦੱਸੋ ਕਿ ਕਿਆ ਤੁਸੀਂ ਪੈਕੇਜਸ ਦੇ ਵਿੱਚ ਡੀਲ ਕਰਦੇ ਹੋ ਤਾਂ ਸਕਾਲਰਸ਼ਿਪ, ਫੰਡਿੰਗ ਇਹਨਾਂ ਦੇ ਬਾਰੇ ਵੀ ਥੋੜ੍ਹੀ ਜਾਣਕਾਰੀ ਦਿਓ। ਮੈਮ ਬੱਚਿਆਂ ਨੂੰ ਕਿਤੇ ਨਾ ਕਿਤੇ UK ਦੇ ਫੰਡਿੰਗ ਨੂੰ ਲੈ ਕੇ ਬਹੁਤ ਬੱਚੇ ਇੱਕ ਉਹ ਰਹਿੰਦੇ ਨੇ ਕਿ ਫੰਡ ਕਿਸ ਤਰੀਕੇ ਨਾਲ ਹੋਣੇ ਨੇ, ਫੰਡ ਨਵੇਂ ਚੱਲਦੇ ਨੇ ਪੁਰਾਣੇ ਚੱਲਦੇ ਨੇ, ਤਾਂ UK ਦੇ ਵਿੱਚ ਇੱਕ ਬੜਾ ਨੋਰਮਲ ਜਿਹਾ ਪ੍ਰੋਸੈਸ ਹੈ ਉਹਨਾਂ ਦਾ ਕਿ ਤੁਸੀਂ ਆਫਰ ਲੈਟਰ ਅਪਲਾਈ ਕਰਨੀ, ਆਫਰ ਲੈਟਰ ਤੋਂ ਬਾਅਦ ਬੱਚੇ ਦੀ ਫੀਸ ਜਾਣੀ ਹੈ, ਫੀਸ ਤੋਂ ਬਾਅਦ ਬੱਚੇ ਦੀ ਫੰਡਿੰਗ ਜਾਣੀ, ਯੂਨੀਵਰਸਿਟੀ ਕੋਲ ਬੱਚੇ ਦੀ ਕੈਸ਼ ਰਿਲੀਜ਼ ਹੋਣੀ ਹੈ, ਤੁਹਾਡੀ ਫਾਈਲ ਅੰਬੈਸੀ 'ਚ ਜਾ ਕੇ ਤੁਹਾਡਾ ਵੀਜ਼ਾ ਆ ਜਾਣਾ। ਫੰਡਿੰਗ 'ਚ ਮੈਂ ਬੱਚਿਆਂ ਨੂੰ ਦੱਸਣਾ ਚਾਹੁੰਦਾ ਕਿ ਤੁਹਾਡੇ ਜਿਹੜੇ ਬੱਚੇ ਇੱਥੋਂ ਬੈਚਲਰ ਲਈ ਜਾ ਰਹੇ ਨੇ, ਜੇ ਕੋਈ ਬੱਚਾ ਸਿੰਗਲ ਜਾ ਰਿਹਾ ਤੁਹਾਨੂੰ 12 ਤੋਂ 14 ਲੱਖ ਦੀ ਫੰਡ ਚਾਹੀਦੀ ਹੈ ਉਹਨੂੰ ਬੱਚੇ ਨੂੰ, ਔਰ ਸਿਰਫ 28 ਦਿਨ ਪੁਰਾਣੇ ਫੰਡ ਚਾਹੀਦੇ ਆ ਬੱਚੇ ਨੂੰ। ਤੁਸੀਂ ਆਪਣੇ ਅਕਾਊਂਟ 'ਚ ਜੇਕਰ ਤੁਸੀਂ ਅਕਤੂਬਰ ਨਵੰਬਰ ਇਨਟੇਕ ਲਈ ਜਾਣਾ ਚਾਹੁੰਦੇ ਹੋ, ਅਪਲਾਈ ਕਰਨਾ ਚਾਹੁੰਦੇ ਹੋ, ਅੱਜ ਆਪਣੇ ਅਕਾਊਂਟ 'ਚ ਤੁਸੀਂ 12-13 ਲੱਖ ਰੁਪਏ ਪਾ ਕੇ ਰੱਖ ਦਿਓ, ਜਦੋਂ 28 ਦਿਨ ਪੁਰਾਣੇ ਹੋ ਗਏ ਤੁਸੀਂ ਕੈਸ਼ ਅਪਲਾਈ ਕਰ ਸਕਦੇ ਹੋ, ਤੁਹਾਡਾ ਕੈਸ਼ ਉਹਦੇ ਜਦੋਂ ਆਊਗਾ ਉਸ ਤੋਂ ਬਾਅਦ ਤੁਹਾਡਾ ਜਿਹੜਾ ਵੀਜ਼ਾ ਹੈ ਉਹ ਵਿਦਿਨ 5-6 ਡੇਜ਼ ਬੱਚਿਆਂ ਦੇ ਵੀਜ਼ਾਸ ਆ ਰਹੇ ਨੇ। ਇਸ ਤੋਂ ਇਲਾਵਾ ਜੇ ਆਪਾਂ ਫੀਸਿਸ ਦੀ ਗੱਲ ਕਰੀਏ, ਮੈਂ ਪਹਿਲਾਂ ਵੀ ਦੱਸਿਆ ਕਿ ਜਿਵੇਂ ਬੱਚੇ ਦੀ ਜਿਹੜੀ ਸਾਲਾਨਾ ਫੀਸ ਹੈ ਉਹ £10,000 ਤੋਂ ਸਟਾਰਟ ਹੋ ਕੇ £13,000-14,000 ਤੱਕ ਹੈ, ਔਰ ਹਰੇਕ ਬੱਚੇ ਜਿਹਦੀ ਪਰਸੈਂਟੇਜ ਵਧੀਆ ਉਹਨੂੰ £1,000 ਤੋਂ ਲੈ ਕੇ £1,500 ਤੋਂ ਲੈ ਕੇ £3,000-4,000 ਦੀ ਸਕਾਲਰਸ਼ਿਪ ਮਿਲਦੀ ਹੈ, ਤਾਂ ਕਿ ਬੱਚੇ ਨੂੰ ਉੱਥੇ ਜੇ ਆਪਾਂ ਗੱਲ ਕਰੀਏ ਤਾਂ 6 ਮੰਥ ਦੀ ਫੀਸ ਪੇ ਕਰਕੇ ਬੱਚਾ 5-6 ਲੱਖ ਫੀਸ ਪੇ ਕਰਕੇ ਬੱਚਾ UK ਜਾ ਸਕਦਾ। ਔਰ ਉਸ ਤੋਂ ਇਲਾਵਾ ਇੱਕ ਬੱਚਿਆਂ ਨੂੰ ਕਿਤੇ ਨਾ ਕਿਤੇ ਕੁਐਸਚਨਿੰਗ ਰਹਿੰਦੀ ਹੈ ਕਿ ਕਿਤੇ ਨਾ ਕਿਤੇ ਇਹ ਚੀਜ਼ਾਂ ਬਹੁਤ ਪ੍ਰਮੋਟ ਹੋ ਰਹੀ ਨੇ ਕਿ ਤੁਸੀਂ 2 ਲੱਖ ਦੇ ਕੇ UK ਦੀ ਪੜ੍ਹਾਈ ਕਰੋ, 3 ਲੱਖ ਦੇ ਕੇ UK ਵਿੱਚ ਪੜ੍ਹਨ ਜਾਓ, ਇਹਨਾਂ ਚੀਜ਼ਾਂ ਨੂੰ ਮੈਂ ਦੱਸਣਾ ਚਾਹੁੰਦਾ। ਕਾਫੀ ਇੱਦਾਂ ਦੀ ਯੂਨੀਵਰਸਿਟੀਜ਼ ਹੈਗੀਆਂ, ਸਾਡੇ ਵੀ ਉਹਨਾਂ ਨਾਲ ਟਾਈ ਅਪਸ ਹੈਗੇ, ਅਸੀਂ ਵੀ ਬੱਚੇ ਉੱਥੇ ਭੇਜ ਰਹੇ ਹਾਂ, ਪਰ ਅਸੀਂ ਕਿਸੇ ਵੀ ਬੱਚੇ ਤੋਂ £2,000 ਜਾਂ £3,000 ਪੇ ਕਰਵਾ ਕੇ ਬੱਚੇ ਨੂੰ ਨਹੀਂ ਭੇਜ ਰਹੇ। ਉਹਦਾ ਕਾਰਨ ਇਹ ਹੈ ਕਿ ਜਿਹੜੀ ਬੱਚੇ ਦੀ 6 ਮੰਥ ਦੀ ਫੀਸ ਬਣਦੀ ਹੈ ਉਹ ਘੱਟੋ ਘੱਟ £5,000-6,000 ਆ ਰਹੀ ਹੈ। £2,000 ਜੇ ਅਸੀਂ ਬੱਚੇ ਨੂੰ ਦੇ ਕੇ ਭੇਜਾਂਗੇ, ਇੱਥੋਂ ਫੀਸ ਪੇ ਕਰਵਾ ਕੇ ਭੇਜਾਂਗੇ, ਨੋ ਡਾਊਟ ਕਿ ਬੱਚੇ ਦਾ ਵੀਜ਼ਾ ਹੋਊਗਾ, ਬੱਚਾ UK ਚਲਾ ਜਾਊਗਾ। ਪਰ ਉਹ 2 ਲੱਖ ਤੋਂ ਤੁਸੀਂ ਇਹ ਨਾ ਸੋਚੋ ਕਿ ਤੁਹਾਡੀ 2 ਲੱਖ ਫੀਸ 6 ਮਹੀਨੇ ਚਲੇਗੀ। ਐਜ਼ ਸੂਨ ਐਜ਼ ਪੋਸੀਬਲ ਤੁਸੀਂ ਯੂਨੀਵਰਸਿਟੀ ਐਂਟਰ ਕਰਨਾ, ਯੂਨੀਵਰਸਿਟੀ ਨੇ ਤੁਹਾਨੂੰ ਨੈਕਸਟ ਫੀਸ ਮੰਗ ਲੈਣੀ ਹੈ। ਸੋ ਇੱਕ ਜਸਟ ਇੱਕ ਐਡ ਹੈ, ਜਦੋਂ ਕੋਈ ਐਡ ਆਉਂਦੀ ਉਹਨੂੰ ਵੈਰੀਫਾਈ ਕਰਿਆ ਕਰੋ, ਇਹ ਨਹੀਂ ਕਹਿੰਦਾ ਮੈਂ ਕਿ ਸਿਰਫ ਸਾਡੇ ਕੋਲ ਅਪਲਾਈ ਕਰੋ, ਕਿਤੋਂ ਹੋਰ ਅਪਲਾਈ ਨਾ ਕਰੋ, ਪਰ ਪਹਿਲਾਂ ਐਡਸ ਨੂੰ ਵੈਰੀਫਾਈ ਕਰਿਆ ਕਰੋ ਕਿ ਜੇ ਕੋਈ ਬੰਦਾ ਤੁਹਾਨੂੰ ਕਹਿ ਰਿਹਾ ਕਿ ਤੁਸੀਂ 2 ਲੱਖ 'ਚ UK ਚੱਲ ਜਾਓ ਜਾਂ 3 ਲੱਖ 'ਚ UK ਚੱਲ ਜਾਓ ਜਾਂ ਅਮਾਊਂਟ ਤੁਹਾਡੀ ਅੱਗੇ ਪਿੱਛੇ ਕੀਤੀ ਜਾਂਦੀ ਕਿ 2,60,000 'ਚ UK ਜਾਓ, 2,90,000 'ਚ UK ਜਾਓ, ਤਾਂ ਮੈਂ ਦੱਸਣਾ ਚਾਹੁੰਦਾ ਕਿ ਇਹ ਵੈਰੀਫਾਈ ਕਰਿਆ ਕਰੋ ਕਿ 2,60,000 ਤੁਹਾਡੀ ਫੀਸ ਹੈ ਜਾਂ ਯੂਨੀਵਰਸਿਟੀ ਦੀ ਫੀਸ ਹੈ ਜਾਂ ਮੇਰੇ ਕਿਹੜੇ ਚਾਰਜਸ ਨੇ। ਕਿਉਂਕਿ ਜੇ ਆਪਾਂ IHS ਦੀ ਗੱਲ ਕਰਕੇ ਚੱਲੀਏ, ਬੈਚਲਰ ਵਾਲੇ ਬੱਚੇ ਦੇ 1.25 ਲੱਖ ਤੋਂ ਲੈ ਕੇ 1,35,000 ਤੱਕ ਬੱਚੇ ਦੀ ਇੰਸ਼ੋਰੈਂਸ ਜਾਂਦੀ ਹੈ, 35-40,000 ਬੱਚੇ ਦੀ ਅੰਬੈਸੀ ਫੀਸ ਵੀ ਜਾਣੀ ਹੈ, 6 ਮੰਥ ਦੀ ਫੀਸ ਦੀ ਗੱਲ ਕਰੀਏ 4-5 ਲੱਖ ਫੀਸ ਵੀ ਜਾਣੀ ਹੈ, ਐਕਸਪੈਂਸ ਆਪਣੇ ਇੱਥੇ ਹੀ 7 ਲੱਖ ਬਣ ਰਿਹਾ, ਤਾਂ ਇੱਕ ਏਜੰਟ ਕੋਈ ਵੀ ਜੇ ਇਹ ਐਡ ਕਰ ਰਿਹਾ ਕਿ 2.5 ਲੱਖ 'ਚ UK ਜਾਓ ਤਾਂ ਕਿਸ ਤਰੀਕੇ ਨਾਲ ਪੋਸੀਬਲ ਹੈ। ਸੋ ਇਹਨਾਂ ਚੀਜ਼ਾਂ ਨੂੰ ਵੈਰੀਫਾਈ ਕਰਿਆ ਕਰੋ ਕਿ ਕੌਣ ਕਿਸ ਤਰੀਕੇ ਦੀ ਐਡ ਕਰ ਰਿਹਾ। ਤੁਸੀਂ 2 ਲੱਖ ਫੀਸ ਦੇ ਕੇ 2.5 ਲੱਖ ਫੀਸ ਦੇ ਕੇ ਇੱਥੋਂ UK ਚਲੇ ਜਾਓਗੇ, ਪਰ ਜਾਣ ਸਾਰ ਤੁਹਾਨੂੰ ਫੀਸ ਫਿਰ ਪੇ ਕਰਨੀ ਪੈਣੀ ਹੈ। ਸੋ ਇੱਥੋਂ ਹੀ ਆਪਣੀ ਘੱਟੋ ਘੱਟ 6 ਮੰਥ ਦੀ ਫੀਸ ਪੇ ਕਰਕੇ ਜਾਇਆ ਕਰੋ ਤਾਂ ਕਿ ਤੁਹਾਨੂੰ ਉੱਥੇ ਜਾ ਕੇ ਫਿਊਚਰ 'ਚ ਕੋਈ ਪ੍ਰੋਬਲਮ ਦਾ ਸਾਹਮਣਾ ਨਾ ਕਰਨਾ ਪਏ। ਬਿਲਕੁਲ, ਬਹੁਤ ਸਾਰੇ ਏਜੰਟਸ ਹੁੰਦੇ ਜਿਹੜੇ ਕਿ ਫੇਕ ਫੀਸ ਦਿਖਾਉਂਦੇ ਆ ਸਟਰਕਚਰ, ਹੋਰ ਇੱਕ ਟ੍ਰਾਂਸਪੇਰੈਂਸੀ ਨਹੀਂ ਰੱਖਦੇ, ਅੱਗੇ ਜਾ ਕੇ ਕਹਿੰਦੇ ਰਹਿੰਦੇ ਕਿ ਹੋਰ ਕੁਝ ਵੱਧ ਚੁੱਕਿਆ, ਇਹ ਵੀ ਐਡ ਆਨ ਹੋ ਚੁੱਕਿਆ ਹੈਗਾ। ਬਟ ਮੈਂ ਤੁਹਾਡੇ ਤੋਂ ਜਤਿੰਦਰ ਜੀ ਇੱਕ ਚੀਜ਼ ਹੋਰ ਜ਼ਰੂਰ ਪੁੱਛਣਾ ਚਾਹੁੰਦੀ ਹਾਂ ਕਿ ਕਈ ਇੱਦਾਂ ਦੇ ਵੀ ਕੇਸਿਸ ਸਾਹਮਣੇ ਆਏ ਨੇ ਕਿ ਉਹਨਾਂ ਦੇ ਸਪਾਊਸ ਜਿਹੜੇ ਹੈਗੇ ਨੇ ਉਹ ਬਾਹਰ ਜਾ ਚੁੱਕੇ ਨੇ ਅਤੇ ਜਾਂ ਤਾਂ ਉਹ ਇੱਥੇ ਨੇ ਜਾਂ ਉਹਨਾਂ ਦਾ ਸਪਾਊਸ ਇੱਥੇ ਨੇ, ਤਾਂ ਉਸ ਕੇਸ 'ਚ ਵੀ ਤੁਸੀਂ ਹੈਲਪ ਕਰ ਸਕਦੇ ਹੋ? ਜੀ ਬਿਲਕੁਲ ਮੈਮ, ਜਿਹੜੇ ਬੱਚੇ ਕਾਫੀ ਇੱਦਾਂ ਦੇ ਬੱਚੇ ਨੇ ਕਿ ਜਿਹਨਾਂ ਦੇ ਜਿਹੜੇ ਮੇਨ ਐਪਲੀਕੈਂਟ ਨੇ ਉਹ ਸਟੱਡੀ ਲਈ ਚਲੇ ਗਏ, ਜਾਂ ਕਈ ਬੱਚਿਆਂ ਦਾ ਮੋਸਟਲੀ ਉਹਨਾਂ ਬੱਚਿਆਂ ਨਾਲ ਹੋਇਆ ਕਿ ਜਿਹਨਾਂ ਦੇ ਜਨਵਰੀ ਇਨਟੇਕ ਸੀਗਾ ਔਰ ਕਿਤੇ ਨਾ ਕਿਤੇ ਮੇਨ ਐਪਲੀਕੈਂਟ ਦੀ ਫਾਈਲ ਅੰਬੈਸੀ ਚਲੀ ਗਈ, ਉਹਦਾ ਵੀਜ਼ਾ ਲੱਗ ਗਿਆ, ਉਹ ਫਲਾਈ ਕਰ ਰਿਹਾ, ਸਪਾਊਸ ਦਾ ਸੋਚਿਆ ਸੀ ਕਿ ਸ਼ਾਇਦ ਬਾਅਦ 'ਚ ਅਪਲਾਈ ਕਰਾਂਗੇ ਉਦੋਂ ਜਾਵਾਂਗੇ, ਉਹ COVID-19 ਕਰਕੇ ਕਿਤੇ ਨਾ ਕਿਤੇ ਸਿਚੁਏਸ਼ਨ ਇੱਦਾਂ ਦੀ ਆ ਗਈ ਕਿ ਬੱਚੇ ਜਾ ਨਹੀਂ ਪਾਏ। ਸੋ ਇੱਦਾਂ ਦੇ ਬੱਚੇ ਜਿਹਨਾਂ ਦੇ ਸਪਾਊਸ ਆਲਰੇਡੀ ਉੱਥੇ ਪੜ੍ਹ ਰਿਹਾ ਮੇਨ ਐਪਲੀਕੈਂਟ ਦੇ ਰੂਪ 'ਚ, ਉਹ ਜਾਣਾ ਚਾਹੁੰਦੇ ਇੱਥੋਂ, ਉਹ ਵੀ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ। ਤੁਹਾਡਾ ਸਪਾਊਸ ਉੱਥੇ ਬੈਚਲਰ ਡਿਗਰੀ ਕਰ ਰਿਹਾ ਜਾਂ ਉੱਥੇ ਮਾਸਟਰ ਡਿਗਰੀ ਕਰ ਰਿਹਾ ਤਾਂ ਤੁਸੀਂ ਆਪਣੇ ਸਪਾਊਸ ਨੂੰ ਉੱਥੇ ਜਾ ਕੇ ਜੁਆਇਨ ਕਰ ਸਕਦੇ ਹੋ। ਜ਼ਿਆਦਾ
ਲਿਵਿੰਗ ਐਕਸਪੈਂਸ ਆ ਉਹ ਵੀ ਤੁਹਾਨੂੰ ਦਿਖਾਉਣਾ ਪੈਣਾ। ਤੁਹਾਡੇ ਕੋਲ ਜੇਕਰ 15 ਤੋਂ 20 ਲੱਖ ਦੀ ਟੋਟਲ ਫੰਡਿੰਗ ਹੈਗੀ ਤਾਂ ਤੁਸੀਂ ਆਪਣੇ ਸਪਾਊਸ ਨੂੰ ਡੇ 1 ਤੋਂ ਹੀ UK ਸਟੂਡੈਂਟ ਵੀਜ਼ਾ ਦੇ ਨਾਲ ਲੈ ਕੇ ਜਾ ਸਕਦੇ ਹੋ। ਜਿੱਥੇ ਮੇਨ ਐਪਲੀਕੈਂਟ ਦਾ ਸਟੱਡੀ ਵੀਜ਼ਾ ਲੱਗੂਗਾ ਉਨੇ ਹੀ ਸਮੇਂ ਦਾ ਜਿਹੜਾ ਬੱਚੇ ਦੇ ਸਪਾਊਸ ਦਾ ਜਿਹੜਾ ਹੈਗਾ, ਚਾਹੇ ਹਸਬੈਂਡ ਨਾਲ ਐਜ ਏ ਸਪਾਊਸ ਜਾ ਰਿਹਾ, ਚਾਹੇ ਵਾਈਫ ਐਜ ਏ ਸਪਾਊਸ ਜਾ ਰਹੇ ਹੈ, ਉਹਨਾਂ ਦਾ ਉਨੇ ਹੀ ਟਾਈਮ ਦਾ ਉੱਥੇ ਪ੍ਰੋਪਰ ਵਰਕ ਪਰਮਿਟ ਇਸ਼ੂ ਹੋਊਗਾ। ਔਰ ਉਸ ਤੋਂ ਇਲਾਵਾ ਜੇਕਰ ਤੁਹਾਡੇ ਕੋਲ ਬੱਚੇ ਵੀ ਹੈਗੇ, ਤੁਹਾਡੇ ਕੋਲ ਇੱਕ ਬੱਚੇ ਨੇ ਜਾਂ 2 ਬੱਚੇ ਨੇ, ਤਾਂ ਤੁਸੀਂ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਜਾ ਸਕਦੇ ਹੋ, ਬਸ਼ਰਤੇ ਉਹਨਾਂ ਦੇ ਲਿਵਿੰਗ ਐਕਸਪੈਂਸ ਨੂੰ ਅਲੱਗ ਤੋਂ ਸ਼ੋਅ ਕਰਨੇ ਜ਼ਰੂਰ ਪੈਣਗੇ। ਪਰ ਤੁਸੀਂ ਡੇ 1 ਤੋਂ ਜੇਕਰ ਤੁਸੀਂ ਮਾਸਟਰਸ ਦੇ ਲਈ ਜਾ ਰਹੇ ਹੋ, ਆਪਣੇ ਹਸਬੈਂਡ ਜਾਂ ਆਪਣੀ ਵਾਈਫ ਨੂੰ ਔਰ ਆਪਣੇ ਬੱਚਿਆਂ ਨੂੰ ਨਾਲ ਲੈ ਕੇ UK ਸਟੂਡੈਂਟ ਵੀਜ਼ਾ ਦੇ ਲਈ ਅਪਲਾਈ ਕਰ ਸਕਦੇ ਹੋ। ਬਿਲਕੁਲ, ਇਹ ਤਾਂ ਬਹੁਤ ਹੀ ਚੰਗੀ ਗੱਲ ਤੁਸੀਂ ਦੱਸੀ ਹੈਗੀ ਕਿ ਆਪਾਂ ਆਪਣੇ ਸਪਾਊਸ ਨੂੰ ਫੋਰ ਦ ਵੈਰੀ ਫਰਸਟ ਡੇ ਤੋਂ ਨਾਲ ਟਰੈਵਲ ਕਰਕੇ ਲੈ ਕੇ ਜਾ ਸਕਦੇ ਹਾਂ। ਇੱਕ ਚੀਜ਼ ਹੋਰ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਹਾਂ ਕਿ ਆਸਟ੍ਰੇਲੀਆ ਦੇ ਬਾਰੇ ਵੀ ਸਾਨੂੰ ਥੋੜੀ ਇਨਫੋਰਮੇਸ਼ਨ ਦਿਓ, ਕਿਉਂਕਿ ਆਸਟ੍ਰੇਲੀਆ ਜਾਣ ਵਾਲੇ ਬੱਚੇ ਵੀ ਕਾਫੀ ਨੇ। ਮੈਮ, ਕਾਫੀ ਇੱਦਾਂ ਦੇ ਬੱਚੇ ਜਿਨ੍ਹਾਂ ਦੀ ਕੁਐਰੀਜ਼ ਆਉਂਦੇ ਨੇ ਕਿ ਅਸੀਂ ਆਸਟ੍ਰੇਲੀਆ ਪੜ੍ਹਨਾ ਚਾਹੁੰਦੇ ਹਾਂ, ਆਸਟ੍ਰੇਲੀਆ ਜਾਣਾ ਚਾਹੁੰਦੇ ਹਾਂ, ਪਰ ਬੱਚੇ ਨੂੰ ਕਿਤੇ ਨਾ ਕਿਤੇ ਐਲੀਜੀਬਿਲਟੀ ਕ੍ਰਾਈਟੀਰੀਆ ਲੈ ਕੇ ਬਹੁਤ ਹੈ ਕਿ ਬੱਚਿਆਂ ਨੂੰ ਸ਼ਾਇਦ ਕੋਵਿਡ-19 ਤੋਂ ਬਾਅਦ ਚੇਂਜ ਹੋ ਗਏ, ਔਰ ਕਿਤੇ ਨਾ ਕਿਤੇ ਐਡਸ ਇੱਦਾਂ ਦੇ ਆ ਰਹੇ ਨੇ, ਐਡਸ ਨੂੰ ਦੇਖ ਕੇ ਇਹ ਲੱਗਦਾ ਕਿ ਹੁਣ ਸਾਰੀ ਬਾਹਰਲੀਆਂ ਕੰਟਰੀਆਂ ਨੂੰ ਸਿਰਫ ਇੰਡੀਅਨ ਬੱਚਿਆਂ ਦੀ ਲੋੜ ਰਹਿ ਗਈ। ਕਿਤੇ ਨਾ ਕਿਤੇ ਇਹ ਪ੍ਰਮੋਟ ਹੋ ਰਿਹਾ ਕਿ ਚਾਈਨਾ ਦੇ ਬੱਚੇ ਬੈਨ ਹੋ ਗਏ, ਤੁਹਾਨੂੰ ਸਾਰੇ ਬੱਚਿਆਂ ਦੇ ਵੀਜ਼ਾ ਲੱਗ ਜਾਣੇ ਨੇ, ਵਿਦਾਊਟ ਆਇਲਸ ਬੱਚਿਆਂ ਦੇ ਵੀਜ਼ੇ ਲੱਗ ਜਾਣੇ ਨੇ, 5 ਬੈਨ ਆਸਟ੍ਰੇਲੀਆ ਦੇ ਵੀਜ਼ੇ ਲੱਗ ਜਾਣੇ ਨੇ। ਬੇਸ਼ੱਕ ਵਿਦਾਊਟ ਆਇਲਸ ਆਸਟ੍ਰੇਲੀਆ ਪ੍ਰਮੋਸ਼ਨ ਹੋ ਰਹੀ ਹੈ ਔਰ ਵੀਜ਼ੇ ਲੱਗ ਵੀ ਰਹੇ ਨੇ, ਪਰ ਉਹਨਾਂ ਬੱਚਿਆਂ ਦੇ ਜਿਹੜੇ 2019-20 ਪਾਸ ਆਊਟ ਨੇ, ਘੱਟੋ ਘੱਟ ਪਰਸੈਂਟੇਜ ਜਿਹੜੇ 65-70% ਹੈਗੇ ਉਹ ਬੱਚੇ ਵਿਦਾਊਟ ਆਇਲਸ ਵੀ ਆਸਟ੍ਰੇਲੀਆ ਅਪਲਾਈ ਕਰ ਸਕਦੇ ਨੇ। ਉਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਜਿਹੜੇ ਬੱਚਿਆਂ ਦੇ 50% ਜਾਂ 55% ਨੰਬਰ ਨੇ ਓਵਰਆਲ ਆਇਲਸ ਦੇ ਵਿੱਚ, 5.5 ਬੈਂਡ ਨੇ, ਨੋਟ ਲੈਸ ਦੈਨ 5 ਨੇ, ਉਹ ਬੱਚੇ 2018-19 ਜਾਂ 2020 ਪਾਸ ਆਊਟ ਨੇ, ਉਹ ਬੱਚੇ ਆਸਟ੍ਰੇਲੀਆ ਬਿਲਕੁਲ ਜਾ ਸਕਦੇ ਨੇ। ਪਰ ਉਹ ਡਿਪਲੋਮਾ ਸਟੱਡੀ ਦੇ ਲਈ ਜਾਣਗੇ, ਵੋਕੇਸ਼ਨਲ ਐਜੂਕੇਸ਼ਨ ਟ੍ਰੇਨਿੰਗ ਦੇ ਅੰਡਰ ਜਾਣਗੇ, ਔਰ ਉਹਨਾਂ ਬੱਚਿਆਂ ਨੂੰ ਜਾ ਕੇ ਡਿਪਲੋਮਾ ਸਟੱਡੀ ਮਿਲੂਗੀ, ਬੱਚਿਆਂ ਦੀ ਫੀਸਿਸ ਉਹਦੇ ਵਿੱਚ ਘੱਟ ਹੈਗੀਆਂ ਨੇ, ਔਰ ਬੱਚਿਆਂ ਨੂੰ ਕਿਤੇ ਨਾ ਕਿਤੇ ਵੀਜ਼ਾ ਜਿਹੜੇ ਚਾਂਸਿਸ ਨੇ ਉਹ ਕਾਫੀ ਹਾਈ ਨੇ। ਡਿਪਲੋਮਾ ਦੇ ਵਿੱਚ ਵੀ ਇਹ ਨਹੀਂ ਕਿ ਡਿਪਲੋਮਾ 'ਚ ਵੀਜ਼ੇ ਨਹੀਂ ਆਉਂਦੇ, ਸਿਰਫ ਡਿਗਰੀ 'ਚ ਵੀਜ਼ੇ ਆਉਂਦੇ ਨੇ। ਪਰ ਜੇਕਰ ਤੁਸੀਂ ਡਿਗਰੀ ਅਪਲਾਈ ਕਰਨਾ ਚਾਹੁੰਦੇ ਹੋ, ਤੁਹਾਡੀ ਜਿਹੜੀ +2 ਹੈ 2019 ਜਾਂ 2020 ਤੁਸੀਂ ਪਾਸ ਆਊਟ ਹੋਣੇ ਚਾਹੀਦੇ ਹੋ। ਉਸ ਤੋਂ ਇਲਾਵਾ ਜੇਕਰ ਤੁਸੀਂ ਸਟੇਟ ਬੋਰਡ ਦੇ ਪੜ੍ਹੇ ਹੋਏ, ਤੁਹਾਡੀ 65% ਓਵਰਆਲ ਚਾਹੀਦੀ ਹੈ। CBSE ICSE ਬੋਰਡ ਦੇ ਨਾਲ ਤੁਸੀਂ 60% ਨਾਲ ਵੀ ਅਪਲਾਈ ਕਰ ਸਕਦੇ ਹੋ। ਬੈਚਲਰ ਡਿਗਰੀ ਲਈ ਅਪਲਾਈ ਕਰਨਾ ਚਾਹੁੰਦੇ ਹੋ, 6 ਬੈਂਡ ਓਵਰਆਲ, ਨੋਟ ਲੈਸ ਦੈਨ 5.5 ਤੁਹਾਨੂੰ ਈਚ ਮੋਡਿਊਲ ਚਾਹੀਦੇ ਨੇ, ਤਾਂ ਤੁਸੀਂ ਡਾਇਰੈਕਟਲੀ ਬੈਚਲਰ ਡਿਗਰੀ ਜਾ ਸਕਦੇ ਹੋ। ਪਰ ਘਬਰਾਉਣ ਵਾਲੀ ਗੱਲ ਉਹਨਾਂ ਬੱਚਿਆਂ ਲਈ ਵੀ ਨਹੀਂ ਜਿਨ੍ਹਾਂ ਨੇ 5.5 ਬੈਂਡ ਨੇ ਓਵਰਆਲ, 1 ਜਾਂ 2 ਮੋਡਿਊਲ 'ਚ 5 ਬੈਂਡ ਨੇ, ਉਹ ਬੱਚੇ ਵੀ ਆਸਟ੍ਰੇਲੀਆ ਦਾ ਵੀਜ਼ਾ ਵੈਟ ਦੇ ਅਕੋਰਡਿੰਗ ਅਪਲਾਈ ਕਰਕੇ ਉੱਥੇ ਸਟੱਡੀ ਕਰ ਸਕਦੇ ਨੇ ਜੀ। ਜਤਿੰਦਰ ਜੀ, ਕੁਛ ਬੱਚੇ ਇਹ ਵੀ ਸੋਚ ਰਹੇ ਨੇ ਕਿ ਚਲੋ ਇਹ ਸਾਲ ਤਾਂ ਮੁੱਕੀ ਗਿਆ, ਅਗਲੇ ਸਾਲ ਤੱਕ ਆਪਾਂ ਅਪਲਾਈ ਕਰ ਲਾਂਗੇ, ਜਾਂ ਨੈਕਸਟ ਈਅਰ ਸਾਡੇ ਲਈ ਬੈਟਰ ਰਹੇਗਾ, ਇਸ ਸਾਲ ਤਾਂ ਪੂਰਾ ਸਾਲ ਹੀ ਖਰਾਬ ਗਿਆ। ਸੋ ਉਹਨਾਂ ਨੂੰ ਤੁਸੀਂ ਕੁਛ ਕਹਿਣਾ ਚਾਹੁੰਦੇ ਹੋ, ਲੇਟ ਹੋ ਜਾਣਗੇ ਤਾਂ ਉਹਨਾਂ ਨੂੰ ਕੋਈ ਨੁਕਸਾਨ ਹੋਏਗਾ ਜਾਂ ਕੁਛ? ਮੈਮ, ਕੋਈ ਵੀ ਬੱਚੇ ਨੂੰ ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਆਉਣ ਵਾਲੀ, ਕਿਉਂਕਿ ਜੇ ਆਪਾਂ ਡਿਗਰੀਜ਼ ਦੀ ਗੱਲ ਕਰੀਏ, ਜਿਹੜਾ ਬੱਚਾ ਬੈਚਲਰ ਡਿਗਰੀ ਜਾਂ ਮਾਸਟਰ ਡਿਗਰੀ ਲਈ ਆਸਟ੍ਰੇਲੀਆ ਜਾਣਾ ਚਾਹੁੰਦਾ, ਉਹਨਾਂ ਦਾ ਜਿਹੜਾ ਇਨਟੇਕ ਹੈ ਉਹ ਨੀਅਰ ਬਾਈ ਇਨਟੇਕ ਫਰਵਰੀ ਜਾਂ ਫਰਵਰੀ ਤੋਂ ਪਹਿਲਾਂ ਉਹਨਾਂ ਲਈ ਕੋਈ ਇਨਟੇਕ ਨਹੀਂ ਹੈਗਾ, ਪਰ ਉਹ ਬੱਚੇ ਹੁਣ ਤੋਂ ਹੀ ਆਪਣਾ ਪ੍ਰੋਸੈਸ ਸ਼ੁਰੂ ਕਰਨ ਤਾਂ ਕਿ ਉਹ ਬੱਚੇ ਟਾਈਮਲੀ ਪਹੁੰਚ ਸਕਣ। ਉਸ ਤੋਂ ਇਲਾਵਾ ਜਿਹੜੇ ਬੱਚੇ ਡਿਪਲੋਮਾ 'ਚ ਜਾਣਾ ਚਾਹੁੰਦੇ ਨੇ, ਉਹ ਬੱਚੇ ਨਵੰਬਰ ਇਨਟੇਕ ਲਈ ਜਾ ਸਕਦੇ ਨੇ। ਜੇਕਰ ਕਿਸੇ ਬੱਚੇ ਦੀ ਫਲਾਈਟਸ ਜਿਵੇਂ ਨਹੀਂ ਸਟਾਰਟ ਹੁੰਦੀਆਂ, ਬਾਰਡਰ ਨਹੀਂ ਓਪਨ ਹੁੰਦੇ, ਬੱਚੇ ਦੀ ਜੇਕਰ ਸਟੱਡੀ ਸਟਾਰਟ ਹੋਊਗੀ, ਬੱਚਾ ਆਨਲਾਈਨ ਸਟੱਡੀ ਕਰ ਸਕਦਾ। ਆਸਟ੍ਰੇਲੀਅਨ ਗਵਰਨਮੈਂਟ ਵੱਲੋਂ ਪ੍ਰੋਪਰ ਵੈਬਸਾਈਟ 'ਤੇ ਇਹ ਚੀਜ਼ ਕਲੀਅਰ ਮੈਂਸ਼ਨ ਕੀਤੀ ਗਈ ਕਿ ਜੇਕਰ ਤੁਹਾਡਾ ਵੀਜ਼ਾ ਆ ਗਿਆ, ਤੁਹਾਡੇ ਇਨਟੇਕ ਸਟਾਰਟ ਹੋ ਗਿਆ, ਤੁਸੀਂ ਸਟੱਡੀ ਆਨਲਾਈਨ ਸਟਾਰਟ ਕਰ ਦਿਓ, ਜਦੋਂ ਵੀ ਫਲਾਈਟਸ ਤੁਹਾਡੀਆਂ ਚੱਲਦੀਆਂ ਨੇ ਤੁਸੀਂ ਆਸਟ੍ਰੇਲੀਆ ਆ ਕੇ ਆਪਣੀ ਸਟੱਡੀ ਕੰਟੀਨਿਊ ਕਰ ਸਕਦੇ ਹੋ। ਉਹਦੇ ਵਿੱਚ ਕੋਈ ਵੀ ਕਿਸੇ ਤਰੀਕੇ ਦੀ ਪ੍ਰੋਬਲਮ ਨਹੀਂ ਹੋਊਗੀ, ਕਿਉਂਕਿ ਜਿਵੇਂ ਆਪਾਂ ਕੈਨੇਡਾ ਦੇਖੀਏ ਤਾਂ ਆਪਾਂ ਨੂੰ 2 ਲੈਵਲ ਹੋ ਗਏ ਹੁਣ ਵੀਜ਼ਾ ਦੇ। ਪਹਿਲਾਂ ਆਪਣੀ AIP ਅਪਰੂਵਲ ਆਉਣੀ ਹੈ, ਬੱਚਾ ਆਨਲਾਈਨ ਸਟੱਡੀ ਸਟਾਰਟ ਕਰੂਗਾ, ਜਦੋਂ VFS ਓਪਨ ਹੋਈਆਂ ਉਦੋਂ ਬੱਚੇ ਕੋਲੇ ਆਪਸ਼ਨ ਹੋਣਗੇ ਆਪਣਾ ਪਾਸਪੋਰਟ ਸਬਮਿਟ ਕਰੇ, ਜਿਹੜੀ ਸੈਕਿੰਡ ਅਪਰੂਵਲ ਹੈ ਉਦੋਂ ਆਉਣੀ ਹੈ। ਸੋ ਉਹਦੇ ਵਿੱਚ ਵੀ ਬੱਚਿਆਂ ਨੂੰ ਡਾਊਟ ਹੈ, ਸੋ ਕੋਈ ਡਾਊਟ ਵਾਲੀ ਗੱਲ ਨਹੀਂ ਹੈ, ਤੁਸੀਂ ਸਟੱਡੀ ਆਪਣੀ ਆਨਲਾਈਨ ਸਟਾਰਟ ਕਰਨਾ ਚਾਹੁੰਦੇ ਆਨਲਾਈਨ ਸਟਾਰਟ ਕਰ ਸਕਦੇ ਹੋ। ਜਦੋਂ ਹੀ ਤੁਹਾਡੀ ਆਨਲਾਈਨ ਦਾ ਪ੍ਰੋਸੈਸ ਖਤਮ ਹੋਊਗਾ, ਉਸ ਤੋਂ ਬਾਅਦ ਜਦੋਂ ਬਾਰਡਰਸ ਖੁੱਲ੍ਹਦੇ ਆ ਤੁਸੀਂ ਅਪਲਾਈ ਕਰ ਸਕਦੇ ਹੋ। ਔਰ UK ਲਈ ਮੈਂ ਗੱਲ ਕਲੀਅਰ ਕਰਨਾ ਚਾਹੂੰਗਾ ਕਿ UK ਦੇ ਵਿੱਚ ਜਿਨ੍ਹਾਂ ਬੱਚਿਆਂ ਦੇ ਵੀਜ਼ੇ ਲੱਗੇ ਹੋਏ ਨੇ ਉਹ ਬੱਚੇ ਟਰੈਵਲ ਕਰ ਸਕਦੇ ਨੇ, ਔਰ ਬੱਚੇ ਟਰੈਵਲ ਕਰ ਵੀ ਰਹੇ ਨੇ। ਇਸ ਸ਼ੋਅ ਦੇ ਵਿੱਚ ਤਾਂ ਨਹੀਂ, ਨੈਕਸਟ ਸ਼ੋਅ ਦੇ ਵਿੱਚ ਤੁਹਾਨੂੰ ਜਿਹੜੇ ਸਾਡੇ ਇਸ ਇਨਟੇਕ ਦੇ ਬੱਚੇ ਗਏ ਨੇ ਉਹਨਾਂ ਨਾਲ ਵੀ ਅਸੀਂ ਰੂਬਰੂ ਜ਼ਰੂਰ ਕਰਾਵਾਂਗੇ ਜੀ। ਗੱਲਬਾਤ ਤਾਂ ਹੋਰ ਵੀ ਬਹੁਤ ਸਾਰੀ ਕਰਨਾ ਚਾਹੁੰਦੇ ਸੀ, ਬਟ ਸਮਾਂ ਇਜਾਜ਼ਤ ਨਹੀਂ ਦਿੰਦਾ ਪਿਆ। ਇਸ ਦੇ ਨਾਲ ਹੀ ਮੈਂ ਤੁਹਾਨੂੰ ਦੱਸ ਦਵਾਂ ਇਹਨਾਂ ਦੇ ਨੰਬਰ, ਆਈ ਹੋਪ ਤੁਸੀਂ ਨੋਟ ਕਰ ਹੀ ਲਿੱਤੇ ਹੋਣੇ। ਜੇ ਤੁਸੀਂ ਵੀ ਕੋਈ ਪੁੱਛਣਾ ਚਾਹੁੰਦੇ ਹੋ, ਕੋਈ ਸਵਾਲ ਹਲੇ ਵੀ ਰਹਿੰਦਾ ਤੁਹਾਡੇ ਦਿਲ ਦੇ ਵਿੱਚ, ਤੁਸੀਂ ਇਹਨਾਂ ਨੂੰ ਵਿਜ਼ਿਟ ਕਰ ਸਕਦੇ ਹੋ ਆਫਿਸ, ਇਹਨਾਂ ਦੇ ਨੰਬਰਸ ਤੇ ਕਾਲ ਕਰ ਸਕਦੇ ਹੋ। ਥੈਂਕ ਯੂ ਸੋ ਮਚ ਜਤਿੰਦਰ ਜੀ, ਤੁਸੀਂ ਸਾਡੇ ਨਾਲ ਜੁੜੇ। ਇਸ ਦੇ ਨਾਲ ਹੀ ਸਾਨੂੰ ਵੀ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ। ਮੇਰਾ ਨਾਮ ਪ੍ਰਭਸ਼ਨ ਸਿੰਘ ਹੈ, ਮੈਂ ਡਿਸਟ੍ਰਿਕਟ ਰੋਪੜ ਤੋਂ ਬਿਲੋਂਗ